सिमर पूनम तुसी इत्थे तुसी इत्थे बस जी चढ़दी कला टाइम टीवी वाले ने बुलाया ते आपा पहुंच गए ते तुसी मैं मैंने भी चढ़दी कला टाइम टीवी ने बुलाया बट लेकिन मैं एक गल कहना चाहूंगी सिमर जी मुखलावा उच्चा पिंड आजा मैक्सिको चलिए हनीमून छाए पे हो महाराज तुसी तो छाए पे हो बाजी वधिया फिल्मा बहुत अच्छी एक्टिंग है तुहाडी धन्यवाद धन्यवाद जी वाहेगुरु की कृपा ते चढ़दी कला ते नाल नाल पहुंच गए चढ़दी कला टाइम टीवी च बिल्कुल लेकिन जिन्ना ने आपां नूं इत्थे बुलाया है अपना होस्ट ओ किथे है ਤੁਸੀ ਕਿਤੇ ਉਹਦੀ ਗੱਲ ਤਾਂ ਨਹੀਂ ਕਰ ਰਹੇ ਉਹ ਰਿਦਮ ਹਾਂ 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 ਪਤਾ ਨਹੀਂ ਕਿੱਥੇ ਹੋਣੇ ਆਪਾਂ ਨੂੰ ਜਿਹੜਾ ਟਾਈਮ ਦਿੱਤਾ ਸੀ ਮੈਂ ਤਾਂ ਪਹੁੰਚ ਗਈ ਤੈਨੂੰ ਮੈਂ ਕਿਹਾ ਫੋਨ ਕਾ ਫੰਡਾ ਜੇ ਫੋਨ ਕਰਨਾ ਹੈ ਤੇ ਬਸ ਨੰਬਰ ਤੁਹਾਨੂੰ ਪਤਾ ਟੀਵੀ ਤੇ ਚੱਲ ਰਿਹਾ ਓਕੇ ਓਕੇ ਮੈਂ ਕਰਦਾ ਗੱਲ ਤੇ ਨਾ ਬਾਅਦ ਚ ਰਿਦਮ ਫੋਨ ਛੱਡੋ ਪ੍ਰੋਗਰਾਮ ਸ਼ੁਰੂ ਹੋ ਆਪਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਤਾਂ ਸਿਮਰ ਭਾਜੀ ਵੀ ਆਏ ਹੋਏ ਨੇ ਸਿਮਰ ਭਾਜੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਰਿਦਮ ਜੀ ਅੱਜ ਤੁਸੀਂ ਮੇਰਾ ਵੇਟ ਨਹੀਂ ਕੀਤਾ ਯਾਰ ਤੁਸੀਂ ਪਹਿਲਾਂ ਹੀ ਅੱਜ ਫੋਨ ਕਾ ਫੰਡਾ ਸ਼ੁਰੂ ਕਰਤਾ ਟਾਈਮ ਤੇ ਪਹੁੰਚਿਆ ਸੀ ਕੀ ਬਾਤ ਹੈ ਪਹਿਲਾਂ ਤੇ ਟਾਈਮ ਤੇ ਪਹੁੰਚਣ ਲਈ ਕਲੈਪਿੰਗ ਕਰ ਰਹੇ ਹੋ ਕਿਉਂਕਿ ਆਰਟਿਸਟ ਲੋਕ ਆਲਮੋਸਟ ਹਮੇਸ਼ਾ ਸਭ ਦੀ ਸ਼ਿਕਾਇਤ ਰਹਿੰਦੀ ਹੈ ਕਿ ਟਾਈਮ ਤੇ ਨਹੀਂ ਆਉਂਦੇ ਸੋ ਟਾਈਮ ਤੇ ਆਉਂਦੇ ਪਹਿਲਾਂ ਤੇ ਕਲੈਪਿੰਗ ਆਪਾਂ ਪੰਕਚੁਅਲ ਆ ਪੂਰੇ ਦੇਖੋ ਅੱਜ ਮੈਂ ਲੇਟ ਹੋ ਗਿਆ ਚਲੋ ਅੱਗੇ ਕੀ ਹੁੰਦਾ ਕਿ ਹਮੇਸ਼ਾ ਮੇਰੇ ਵੱਲੋਂ ਇੰਟਰੋਡਕਸ਼ਨ ਕਰਾਇਆ ਜਾਂਦਾ ਹੈ ਸੋ ਅੱਜ ਇਹਨਾਂ ਨੇ ਆਪ ਦੀ ਇੰਟਰੋਡਕਸ਼ਨ ਆਪ ਹੀ ਦੇਤੀ ਹੈ ਤੇ ਨਾਲ ਨਾਲ ਮੇਰੀ ਵੀ ਦੇਤੀ ਹੈ ਸੋ ਮੇਰੇ ਪ੍ਰੋਗਰਾਮ 'ਚ ਮੇਰਾ ਸਵਾਗਤ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਫੋਨ ਕਾ ਫੰਡਾ 'ਚ ਸਵਾਗਤ ਹੈ ਸੋ ਦਰਸ਼ਕੋ ਮੇਰੇ ਨਾਲ ਇੱਧਰ ਲੈਫਟ ਸਾਈਡ ਤੇ ਪੂਨਮ ਸਿੰਘ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇਕਲੌਤੇ ਸਾਡੇ 뮤직 ਇੰਡਸਟਰੀ ਦੇ ਵਿੱਚ ਕੋਰੀਓਗ੍ਰਾਫਰ ਪਲੱਸ ਮੂਵੀਜ਼ ਦੇ ਵਿੱਚ ਡਾਇਰੈਕਟਰ ਵੀ ਨੇ ਇਹ ਤੇ ਇੱਧਰ ਮੇਰੇ ਸੱਜੇ ਪਾਸੇ ਫਿਲਮਾਂ ਦੇ ਨਾਮ ਸੁਣੇ ਆ ਨਾ ਤੁਸੀਂ ਔਰ ਇਹ ਸਾਰੀਆਂ ਫਿਲਮਾਂ ਤੁਸੀਂ ਦੇਖੀਆਂ ਔਰ ਬਹੁਤ ਹੀ ਬਾਖੂਬੀ ਔਰ ਬਹੁਤ ਹੀ ਸੋਹਣੇ ਕਿਰਦਾਰ ਨਿਭਾਉਣ ਵਾਲੇ ਸਿਮਰਪਾਲ ਜੀ ਬਹੁਤ ਬਹੁਤ ਸਵਾਗਤ ਹੈ ਭਾਜੀ ਧੰਨਵਾਦ ਜੀ ਸੋ ਅੱਜ ਜਿੱਥੇ ਐਕਟਿੰਗ ਦੀ ਗੱਲਾਂ ਚੱਲਣਗੀਆਂ ਫੈਸਟੀਵਲ ਸੀਜ਼ਨ ਹੈ ਫੈਸਟੀਵਲ ਸੀਜ਼ਨ ਤੇ ਵੀ ਗੱਲਾਂ ਚੱਲਣਗੀਆਂ ਔਰ ਨਾਲ ਹੀ ਜੇ ਆਪਾਂ ਇੱਧਰ ਮੇਰੇ ਨਾਲ ਦੇਖੋ ਆਪਣੇ ਆਪ 'ਚ ਹੀ ਇੱਕ ਕਹਿੰਦੇ ਆ ਨਾ ਵਨ ਮੈਨ ਆਰਮੀ ਔਰ ਇੱਧਰ ਪੂਰੀ ਆਰਮੀ ਖੜੀ ਹੈ ਸੋ ਵੀਮਨ ਇੰਪਾਵਰਮੈਂਟ ਤੇ ਗੱਲ ਚੱਲੇਗੀ ਕਿਉਂਕਿ ਇਹਨਾਂ ਤੋਂ ਪਿਛਲੀ ਵਾਰ ਜਦੋਂ ਫੋਨ ਕਾ ਫੰਡਾ 'ਚ ਗੱਲਾਂ ਹੋਈਆਂ ਸੀ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਸੀ ਔਰ ਬਹੁਤ ਹੌਸਲਾ ਅਫਜ਼ਾਈ ਵੀ ਇਹਨਾਂ ਨੇ ਕੀਤੀ ਸੀ ਜਿਹੜੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਕਿ ਆਪਦੀ ਧੀਆਂ ਨੂੰ ਸਪੋਰਟ ਨਹੀਂ ਕਰਦੇ ਜਾਂ ਬਹੁਤ ਸਾਰੀਆਂ ਧੀਆਂ ਨੇ ਜਿਹੜੀਆਂ ਬਹੁਤ ਕੁਝ ਕਰਨਾ ਚਾਹੁੰਦੀਆਂ ਨੇ ਔਰ ਬਹੁਤ ਇੱਦਾਂ ਦੀਆਂ ਧੀਆਂ ਵੀ ਹੈਗੀਆਂ ਨੇ ਜਿਹੜੀਆਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਆਪਦੇ ਮਾਪਿਆਂ ਦਾ ਕਰ ਰਹੀਆਂ ਨੇ ਔਰ ਸਾਡੇ ਸਟੇਟ ਦਾ ਕਰ ਰਹੀਆਂ ਨੇ ਸੋ ਇਦਾਂ ਹੀ ਅੱਜ ਹੀ ਦੇਖ ਲਓ ਜੀ ਜੀ ਆਪਣੇ ਜਿਹੜੇ ਦੇਖੋ ਜੱਜਸ ਬਣੀਆਂ ਕੁੜੀਆਂ ਆਪਣੇ ਪੰਜਾਬ ਦੀਆਂ ਕੁੜੀਆਂ ਕਮਾਲ ਕੀਤੀ ਪਈ ਹੈ ਅੱਜ ਦੇ ਟਾਈਮ ਤੇ ਉੱਤੇ ਇੱਕ ਅਨਪੜ ਔਰਤ ਵੀ ਆਪਣੇ ਪੈਰਾਂ ਤੇ ਸਟੈਂਡ ਹੈ ਰਾਈਟ ਲੇਕਿਨ ਜਿਹੜੀਆਂ ਪੜ੍ਹੀਆਂ ਲਿਖੀਆਂ ਉਹ ਤਾਂ ਫਿਰ ਕਹਿੰਦੇ ਨਾ ਚੰਨ ਤੇ ਪਹੁੰਚੀਆਂ ਹੋਈਆਂ ਕਮਾਲ ਦੇ ਲੇਕਿਨ ਸਾਡੇ ਪੰਜਾਬ ਦਾ ਨਾਮ ਬਖੂਬੀ ਰੋਸ਼ਨ ਕੀਤਾ ਇਹਨਾਂ ਕੁੜੀਆਂ ਨੇ ਤੇ ਮੈਂ ਜ਼ਰੂਰ ਉਹਨਾਂ ਲਈ ਪਹਿਲਾਂ ਤਾਂ ਵਧਾਈ ਦਊਂਗੀ ਕਿ ਤਾਂ ਕਿ ਇਹਨਾਂ ਬੱਚਿਆਂ ਨੂੰ ਇਨਸਪੀਰੇਸ਼ਨ ਮੰਨ ਕੇ ਹੋਰ ਵੀ ਕੁੜੀਆਂ ਅੱਗੇ ਆਉਣ ਬਿਲਕੁਲ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਮੈਂ ਤਾਂ ਇਹ ਕਹੂੰਗਾ ਜੀ ਕੁੜੀਆਂ ਨੇ ਤਾਂ ਬਹੁਤ ਵੱਡਾ ਕੰਮ ਕਰਕੇ ਦਿਖਾਇਆ ਕਿ ਪੀਸੀਐਸ ਐਗਜ਼ਾਮ ਕਲੀਅਰ ਕੀਤਾ ਔਰ ਵੀ ਬਹੁਤ ਚੰਗੇ ਨੰਬਰ ਰੈਂਕਸ ਵਧੀਆ ਰੈਂਕ ਲੈ ਕੇ ਆਏ ਨੇ ਬਿਲਕੁਲ ਐਗਜ਼ਾਮ ਤਾਂ ਹਰ ਕੋਈ ਮੇਰੇ ਦਾ ਅਨਪੜ੍ਹ ਵੀ ਕਰ ਜਾਂਦਾ ਜੀ ਵੱਡੀ ਗੱਲ ਸਿਮਰ ਦੇਖੋ ਉਹਨਾਂ ਦੇ ਪੇਰੈਂਟਸ ਦੇਖੋ ਪਿੱਛੋਂ ਉਹਨਾਂ ਦਾ ਦੇਖੋ ਤੁਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਕਿੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਗਿਆ ਹਨਾ ਤੇ ਬੱਚਿਆਂ ਨੇ ਬਖੂਬੀ ਮਿਹਨਤ ਕਰਕੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਮੈਂ ਇੱਕੋ ਗੱਲ ਕਹੂੰਗਾ ਰਿਦਮ ਤੇ ਪੁਨਮ ਜੀ ਨੂੰ ਕਿ ਵੀ ਉਹ ਪੇਰੈਂਟਸ ਲਈ ਮੇਰੇ ਦਿਲੋਂ ਸਲੂਟ ਹੈ ਜੀ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਜੇ ਉਹ ਇੱਕ ਕਹਿੰਦੇ ਨਾ ਕਿ ਦੇਖੀ ਕਿ ਕਾਬਲੀਅਤ ਹੈਗੀ ਹੈ ਮੇਰੇ ਬੱਚਿਆਂ ਹੈਗੀ ਹੈ ਉਹ ਅੱਗੇ ਜਾ ਸਕਦਾ ਤਾਂ ਉਹਨਾਂ ਨੂੰ ਪੜ੍ਹਾਇਆ ਨਹੀਂ ਤਾਂ ਅੱਜ ਕੱਲ੍ਹ ਤਾਂ ਮਾਂ ਪਿਓ ਤਾਂ ਅੱਜ ਕੱਲ੍ਹ ਵੀ ਨੇ ਜੀ ਕਈ ਮਾਪੇ ਹੋ ਜੇ ਜਿਹੜਾ ਕਿ ਪਲੱਸ ਟੂ ਹੁੰਦੀ ਹੈ ਕੁੜੀ ਜੀ ਚਲੋ ਵਿਆਹ ਕਰਦੇ ਜੀ ਕੁੜੀ ਭਾਰ ਲਾ ਦਈਏ ਕੁੜੀ ਭਾਰ ਨਹੀਂ ਹੁੰਦੀ ਕੁੜੀ ਸਿਰ ਦਾ ਤਾਜ ਹੁੰਦੀ ਤਾਜ ਹੁੰਦੀ ਔਰ ਇਹ ਚੀਜ਼ਾਂ ਉਦਾਹਰਨ ਵੀ ਆ ਬਹੁਤ ਕੁੜੀਆਂ ਇਦਾਂ ਦੀ ਹੈਗੀਆਂ ਨੇ ਜਿਹੜੀਆਂ ਆਪਣੇ ਬਲਬੂਤੇ ਆਪਣੇ ਦਮ ਤੇ ਜਿੰਨਾ ਚ ਇੱਕ ਲਗਨ ਹੁੰਦੀ ਹੈ ਸਕਾਲਰਸ਼ਿਪ ਦੀ ਜੇ ਆਪਾਂ ਗੱਲ ਕਰਦੇ ਹਾਂ ਬਹੁਤ ਸਾਰੇ ਇਦਾਂ ਦੇ ਸੰਸਥਾ ਨੇ ਬਹੁਤ ਸਾਰੇ ਇਦਾਂ ਦੇ ਸਰਕਾਰ ਵੱਲੋਂ ਫੈਸਿਲਿਟੀਜ਼ ਮਿਲਦੀਆਂ ਨੇ ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਥੋੜੀ ਫਾਈਨੈਂਸ਼ੀਅਲ ਪੱਖੋਂ ਜੇ ਗੱਲ ਕਰ ਰਿਹਾ ਮੈਂ ਕਿ ਜੇ ਫਾਈਨੈਂਸ਼ੀਅਲ ਪੱਖੋਂ ਜੇ ਆਪਾਂ ਗੱਲ ਕਰਦੇ ਹਾਂ ਕਿ ਥੋੜਾ ਜਿਹਾ ਤੁਸੀਂ ਮਜਬੂਰ ਹੋ ਤਾਂ ਇਦਾਂ ਦੇ ਬਹੁਤ ਸਾਰੇ ਹੈਗੇ ਨੇ ਬੰਦੇ ਵੀ ਇੱਦਾਂ ਦੇ ਜਿਹੜੇ ਸੋਸ਼ਲ ਵਰਕਰ ਨੇ ਜਿਹੜੇ ਕਿ ਜਿਹੜੇ ਇੱਛਕ ਨੇ ਬੱਚੇ ਪੜ੍ਹਨ ਵਾਲੇ ਜਾਂ ਜਿਹੜੇ ਬਹੁਤ ਅੱਛੇ ਨੇ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਅੱਗੇ ਉਹਨਾਂ ਦਾ ਸਾਥ ਵੀ ਦਿੰਦੇ ਨੇ ਪਹਿਲਾਂ ਤਾਂ ਸਰਕਾਰ ਹੀ ਬਹੁਤ ਸਪੋਰਟ ਕਰ ਰਹੀ ਹੈ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਕਿ ਸਰਕਾਰ ਵੀ ਬਹੁਤ ਸਪੋਰਟ ਕਰ ਰਹੀ ਹੈ ਸੋ ਗੱਲ ਕੀ ਆ ਸਾਨੂੰ ਜਾਗਣ ਦੀ ਸੋ ਆਪਦੇ ਬੱਚਿਆਂ ਨੂੰ ਸਪੋਰਟ ਕਰੋ ਉਹਨਾਂ ਦੀ ਕਾਬਲੀਅਤ ਪਹਿਚਾਨੋ ਤੇ ਅੱਜ ਕਾਲਰ ਜੁੜ ਚੁੱਕੇ ਨੇ ਦੇਖੋ ਅੱਜ ਤੁਸੀਂ ਆਏ ਹੋ ਅੱਜ ਤੁਹਾਨੂੰ ਜਿਹੜੇ ਤੁਹਾਡੇ ਚਾਹਣ ਵਾਲੇ ਅੱਜ ਉਹਨਾਂ ਨਾਲ ਗੱਲ ਕਰਾਵਾਂਗੇ ਤੁਹਾਡੀ ਸੋ ਕਾਲਰ ਰੈਡੀ ਨੇ ਪਹਿਲਾਂ ਵੈਲਕਮ ਕਰਦੇ ਹਾਂ ਹੈਲੋ ਜੀ ਹੈਲੋ ਦੋਨੋਂ ਹੱਥਾਂ ਨਾਲ ਹੈਲੋ
मोबाइल का नेटवर्क चेक करना जो फैमिली नाल बैठे हो तो टीवी की आवाज घट रखनी है एक खास गल रखना है क्योंकि थोड़ा जा डिले हुंदा है तुसी टीवी दे नाल गल्लां करन लग जांदे हो ते इधर गल नहीं कर पांदे आपां सो आपां हन्ने हुण सिमर भाजी दे कोल सिमर भाजी जिहड़ा तुहाडा फिल्मां दा सफर है पहला ते तुसी ये दसो तुहानूं इह हल्लाशेरी कित्थों मिली जिथे आपां वीमन एम्पावरमेंट दी गल कर रहे हां हल्लाशेरी दी गल कर रहे हां ਇਹ ਹੱਲਾਸ਼ੇਰੀ ਜੀ ਕਹਿ ਲਓ ਕਿ ਹੌਲੀ ਹੌਲੀ ਵੇਂਦੇ ਵੇਂਦੇ ਆਪਣੇ ਦੋਸਤਾਂ ਦੇ ਪ੍ਰਤੀ ਕਿਉਂਕਿ ਮੈਂ ਸਕੂਲ ਟਾਈਮ ਦੇ ਵਿੱਚ ਗੁਰਦੁਆਰਾ ਜਾਂਦਾ ਹੁੰਦਾ ਸੀ ਗੁਰਦੁਆਰੇ 'ਤੇ ਗੱਤਕਾ ਖੇਡਦੇ ਸੀ ਸਾਰੇ ਗੱਤਕਾ ਵਾਲੇ ਮੇਰੇ ਦੋਸਤ ਹੀ ਨੇ ਅੱਜ ਟਾਈਮ ਦੇ ਵਿੱਚ ਜਿੱਦਾਂ ਥੀਏਟਰ ਆਰਟਿਸਟ ਨੇ ਨਰਿੰਦਰ ਸਿੰਘ ਭਾਅ ਜੀ ਨਾ ਅਤੇ ਉਦੋਂ ਇੱਕ ਯੂਨੀਵਰਸਿਟੀ ਸ਼ੋਅ ਸੀਗਾ ਮਹਾਰਾਜ ਸਿੰਘ ਆਲ ਓਵਰ ਵਰਲਡ ਪੰਜਾਬੀ ਕਾਨਫਰੰਸ ਸੀਗੀ 2000 ਦੀ ਗੱਲ ਕਰ ਰਿਹਾ ਮੈਂ ਬੜੀ ਪੁਰਾਣੀ ਗੱਲ ਹੋ ਗਈ ਮੈਂ ਬੁੜਾ ਨਹੀਂ ਹੈਗਾ ਜੀ ਇੱਦਾਂ ਉਦੋਂ ਛੋਟਾ ਸੀ ਬਹੁਤ ਬਸ ਗੱਲ ਇਹ ਨਹੀਂ ਕਿ ਮੈਂ ਬਹੁਤ ਛੋਟਾ ਸੀ ਉਦੋਂ ਅਤੇ ਉੱਥੇ ਜਦੋਂ ਮਹਾਰਾਜ ਸਿੰਘ ਪਲੇ ਸੀਗਾ ਅਤੇ ਇੱਕ ਮੁੰਡਾ ਉਹਨਾਂ ਵਿੱਚੋਂ ਬਿਮਾਰ ਹੋਇਆ ਅਤੇ ਉਹ ਹੁਣ ਇੱਕ ਥਾਂ 'ਤੇ ਜਿਹੜਾ ਇੱਕ ਆਰਟਿਸਟ ਘੱਟ ਗਿਆ ਅਤੇ ਦੂਜੇ ਡਾਇਰੈਕਟਰ ਲੱਗਿਆ ਕਿ ਮੈਨੂੰ ਖੜਾ ਕਰ ਦਿਉ ਮੇਰੇ ਲੁੱਕ ਸੀ ਉਦੋਂ ਉਸ ਟਾਈਮ 'ਤੇ ਮੈਂ ਦੜੀ ਫੁੱਟ ਰਹੀ ਸੀ ਅਤੇ ਅਸੀਂ ਫਿਰ ਉਦੋਂ ਜਦੋਂ ਮੈਨੂੰ ਪਲਾਇਆ ਅਤੇ ਉੱਥੋਂ ਬਾਅਦ ਮੇਰਾ ਇੱਕ ਟਰੈਕ ਸ਼ੁਰੂ ਹੋ ਗਿਆ ਐਕਟਿੰਗ ਦੇ ਪਾਸੇ ਨੂੰ ਟੀ ਵੀ ਸੀਰੀਅਲ ਕੀਤੇ ਜੀ ਮਿਸ਼ਨ ਫਤਿਹ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਗਾਣੇ ਵੱਲ ਆਏ ਜਿੱਥੇ ਮੇਰੀ ਮੁਲਾਕਾਤ ਪੂਨਮ ਉਦੋਂ ਅਸੀਂ ਪੂਨਮ ਗੁਰੂ ਦੇ ਨਾਂ ਤੋਂ ਜਾਣਦੇ ਸੀ ਇਹਨਾਂ ਨੂੰ ਪੂਨਮ ਗੁਰੂ ਅਤੇ ਲਓ ਜੀ ਮੇਰੇ ਹਿਸਾਬ ਨਾਲ ਇੱਕ ਕਾਲਰ ਹੋਰ ਜੁੜ ਗਏ ਨੇ ਜੀ ਰਿਦਮ ਜੀ ਤੁਹਾਡੀ ਆਵਾਜ਼ ਤੁਹਾਡੇ ਸਵਾਗਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਨੇ ਮੈਂ ਤੁਹਾਡੇ ਖਿਆਲ ਜੀ ਹਾਏ ਹਾਏ ਸਾਡੇ ਖਿਆਲਾਂ 'ਚ ਡੁੱਬੇ ਰਹਿੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਨਾਮ ਦੱਸਣਾ ਹੈ ਤੇ ਸ਼ਹਿਰ ਦਾ ਨਾਮ ਦੱਸਣਾ ਹੈ ਮੈਨੂੰ ਪਤਾ ਹੈ ਸੰਜੇ ਗਵਾਲ ਜੀ ਫਰੋਮ ਯਮੁਨਾਨਗਰ ਹਾਂ ਸੰਜੇ ਮਲਿਕ ਜੀ ਫਰੋਮ ਯਮੁਨਾਨਗਰ ਕੀ ਬਾਤ ਸੰਜੇ ਜੀ ਸਵਾਗਤ ਹੈ ਗਾਣਾ ਪਹਿਲਾਂ ਤਾਂ ਇਹ ਦੱਸ ਦਿਓ ਕਿਹੜੇ ਸਿੰਗਰ ਦਾ ਸੁਣੋਗੇ ਉਸ ਤੋਂ ਬਾਅਦ ਆਪਾਂ ਤੁਹਾਡੀ ਗੱਲ ਕਰਾਨੇ ਆ ਸਿਮਰ ਜੀ ਨਾਲ ਸਰਤਾਜ ਜੀ ਨਾਲ ਜ਼ਰੂਰ ਸੁਣਾਵਾਂਗੇ ਤੇ ਹਾਂ ਜੀ ਫਿਰ ਇੱਧਰ ਮੇਰੇ ਪਾਸੇ ਸੱਜੇ ਪਾਸੇ ਖੜੇ ਨੇ ਸਿਮਰਪਾਲ ਜੀ ਮੂਵੀਜ਼ ਦੇ ਵਿੱਚ ਤੁਸੀਂ ਇਹਨਾਂ ਨੂੰ ਬਹੁਤ ਸਾਰੀਆਂ 'ਚ ਦੇਖਿਆ ਹੋਇਆ ਮੁਕਲਾਵਾ ਅਤੇ ਆ ਜਾ ਮੈਕਸੀਕੋ ਚੱਲੀਏ ਉਹਦੇ ਵਿੱਚ ਵੀ ਦੇਖਿਆ ਔਰ ਹੋਰ ਵੀ ਬਹੁਤ ਸਾਰੇ ਮੂਵੀਜ਼ ਇਹਨਾਂ ਨੇ ਕੀਤੀਆਂ ਹੋਈਆਂ ਨੇ ਅਤੇ ਪਹਿਲਾਂ ਇਹਨਾਂ ਨਾਲ ਗੱਲ ਕਰੋ ਫਿਰ ਪੂਨਮ ਜੀ ਨਾਲ ਕਰਵਾਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਡੇ ਭਰਾ ਜੀ ਕਦੋਂ ਆਉਣਗੇ ਮੂਵੀ 'ਚ ਓਏ ਹੋਏ ਹੋਏ ਸਫ਼ਰ ਇਹ ਦੱਸ ਰਹੇ ਕਿ ਇਹਨਾਂ ਨੇ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਨਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੱਲਾਸ਼ੇਰੀ ਮਿਲੀ ਦੇਖ ਦੇਖ ਕੇ ਥੀਏਟਰ ਤੋਂ ਸ਼ੁਰੂ ਕੀਤਾ ਔਰ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਖੜੇ ਨੇ ਔਰ ਹਾਲੇ ਵੀ ਮਿਹਨਤ ਚੱਲ ਰਹੀ ਹੈ ਔਰ ਪੂਰੀ ਜ਼ਿੰਦਗੀ ਬੰਦਾ ਮਿਹਨਤ ਕਰਦਾ ਹੀ ਰਹਿੰਦਾ ਵੈਸੇ ਹਨਾ ਭਾਜੀ ਕਦੀ ਮਿਹਨਤ ਕਦੀ ਨਹੀਂ ਮੁੱਕਦੀ ਨਹੀਂ ਟਿਲ ਐਂਡ ਤੱਕ ਜਦੋਂ ਤੁਸੀਂ ਕਹਿੰਦੇ ਕਿ ਉਮਰ ਹੋ ਜਾਂਦੀ ਹੈ ਉਸ ਦੁਨੀਆ 'ਚ ਜਦੋਂ ਤੁਹਾਡਾ ਸੰਸਾਰ ਖਤਮ ਹੁੰਦਾ ਟਿਲ ਐਂਡ ਤੱਕ ਤੁਹਾਡੀ ਮਿਹਨਤ ਚੱਲਦੀ ਹੈ ਮਿਹਨਤ ਉਦੋਂ ਤੁਹਾਡੀ ਕਿਸੇ ਹੋਰ ਪਰਸਨ 'ਤੇ ਚੱਲ ਰਹੀ ਹੁੰਦੀ ਹੈ ਬੱਚਿਆਂ 'ਤੇ ਚੱਲ ਰਹੀ ਹੁੰਦੀ ਹੈ ਜਾਂ ਆਪਣੇ ਪੇਰੈਂਟਸ 'ਤੇ ਚੱਲ ਰਹੇ ਹੁੰਦੇ ਜਾਂ ਤੁਹਾਡੇ ਕਿਸੇ ਕੰਮ ਲੱਗੇ ਚੱਲ ਰਹੇ ਬਿਲਕੁਲ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਸਾਡੀਆਂ ਪਰਮਾਤਮਾ ਨੇ ਲਾ ਕੇ ਭੇਜੀਆਂ ਨੇ ਇਹਨਾਂ ਨੂੰ ਖਤਮ ਕਰਨ ਦੇ ਔਰ ਐਂਡ ਤੱਕ ਪਹੁੰਚਣ ਪਿੱਛੇ ਵੀ ਸਾਡੀ ਉਹ ਮਿਹਨਤ ਚੱਲ ਰਹੀ ਹੁੰਦੀ ਹੈ ਭਾਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਐਂਡ ਇੱਕੋ ਹੀ ਹੈ ਪਰ ਉੱਥੋਂ ਤੱਕ ਪਹੁੰਚਣ ਲਈ ਵੀ ਸਾਡੀ ਇੱਕ ਮਿਹਨਤ ਹੀ ਚੱਲਦੀ ਹੈ ਪੂਰੀ ਜ਼ਿੰਦਗੀ ਜਿਵੇਂ ਰਿਦਮ ਜੀ ਨਾਲ ਗੱਲ ਮੈਂ ਤੋਂ ਪੁੱਛੀ ਮੇਰਾ ਇੰਸਪੀਰੇਸ਼ਨ ਮੇਰੀ ਇੰਸਪੀਰੇਸ਼ਨ ਇੱਕ ਟਾਈਮ ਦੇ ਵਿੱਚ ਆ ਕੇ ਤੁਹਾਡਾ ਆਪਣਾ ਲਾਈਫ ਬਾਰੇ ਦੱਸਾਂਗਾ ਜਦੋਂ ਮੈਂ ਪੂਨਮ ਗੁਰੂ ਜੀ ਨੂੰ ਪਹਿਲੇ ਮਿਲਿਆ ਮੇਰਾ ਗਾਣਾ ਉਹ ਅੱਜ ਦੇ ਟਾਈਮ 'ਚ ਵੀ ਅੱਜ ਵੀ ਸੁਣਿਆ ਜਾਂਦਾ ਕੀ ਤੈਨੂੰ ਦੁੱਖ ਦੱਸੀਏ ਹੋ ਰਿਹਾ ਦੋ ਲਾਈਨਾਂ ਦੋ ਲਾਈਨਾਂ ਹੋ ਜਾਂਦੇ ਹੁਣ ਸ਼ੁਰੂ ਹੋ ਹੀ ਗਿਆ ਤੇ ਇਹਨੂੰ ਕੰਟੀਨਿਊ ਕਰਦੇ ਸੀ ਰਾਏ ਦਾ ਬਾਈ ਹਰਪਨ ਸਿੰਘ ਦਾ ਬਹੁਤ ਸੋਹਣਾ ਗਾਣਾ ਸੁਣਿਆ ਪਾ ਕੈਸਟ ਸੀਗਾ ਕੀ ਤੈਨੂੰ ਦੁੱਖ ਦਸੀਏ ਅਸੀਂ ਖੋਟੀਆਂ ਕਿਸਮਤਾਂ ਵਾਲੇ ਕੀ ਤੈਨੂੰ ਦੁੱਖ ਦਸੀਏ ਅਸੀਂ ਗਮ ਨੇ ਪੁੱਤਾਂ ਦੇ ਨਾਲ ਪਾਲੇ ਕੀ ਤੈਨੂੰ ਦੁੱਖ ਦਸੀਏ ਇਹ ਗਾਣਾ ਡਾਇਰੈਕਟ ਕੀਤਾ ਸੀ ਸੀਗਾ ਜੀ ਤੇ ਉਸ ਗਾਣੇ ਤੋਂ ਬਾਅਦ ਕੁਝ ਪ੍ਰੋਬਲਮ ਹੈ ਜੇ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਂ ਇਸ ਲਾਈਨ ਤੋਂ ਆਊਟ ਹੋਟਾ ਸੀ ਬਟ 2017 ਮੇਰੇ ਲਈ ਇੱਕ ਇੰਨਾ ਵੱਡਾ ਦਿਨ ਬਣਿਆ ਜਿੱਥੇ ਮੈਂ ਮੁਕਲਾਵਾ ਮੂਵੀ ਕੀਤੀ ਉਸ 'ਚ ਮੇਰਾ ਉਸ ਟਾਈਮ 'ਤੇ ਕਿ ਮੇਰੀ ਵਾਈਫ ਐਡਵੋਕੇਟ ਸਰਬਜੀਤ ਕੌਰ ਜੀ ਉਹਨਾਂ ਦਾ ਸਾਥ ਬਹੁਤ ਹੈ ਜਿਨ੍ਹਾਂ ਨੇ ਮੈਨੂੰ ਅੱਜ ਦੇ ਟਾਈਮ 'ਚ ਮੈਂ ਜੋ ਵੀ ਫਿਲਮਾਂ ਕਰ ਰਿਹਾ ਜੋ ਵੀ ਮੈਂ ਗਾਣੇ ਕਰ ਰਿਹਾ ਜਾਂ ਵੈਬ ਸੀਰੀਜ਼ ਕਰ ਰਿਹਾ ਈਵਨ ਮੈਂ ਹੁਣ ਤੁਹਾਡਾ ਇਹ ਨਾਚੀਜ਼ ਬੰਦਾ ਹੈਦਰਾਬਾਦ ਤੱਕ ਜਾ ਆਇਆ ਸਾਊਥ ਮੂਵੀ ਕਰਕੇ ਆ ਚੁੱਕਾ ਹਿੰਦੀ ਕਰ ਰਿਹਾ ਰੱਬ ਦੇ ਦਿਆ ਹੀ ਕਿ ਕੁਛ ਨਾ ਕੁਛ ਮੇਰੇ
ਪਰਿਵਾਰ ਵਾਲਾ ਜਿਹੜਾ ਸਾਥ ਹੈ ਮੇਰੀ ਵਾਈਫ ਦੇ ਨਾਲ ਮੇਰੇ ਸਾਥ ਹੈ ਮੇਰੇ ਬੱਚੇ ਦੇ ਪਿਆਰ ਹੈ ਦੇਖਿਆ ਹਰ ਜਗ੍ਹਾ ਦੇ ਉੱਤੇ ਔਰਤ ਹੀ ਕੰਮ ਆਉਂਦੀ ਬਿਲਕੁਲ ਜੀ ਬਿਲਕੁਲ ਗੱਲ ਵੀਮਨ ਇੰਪਾਵਰਮੈਂਟ ਦੀ ਚੱਲ ਰਹੀ ਔਰ ਮੈਂ ਦੱਸਦਾ ਕਿ ਇੱਥੇ ਤੱਕ ਪਹੁੰਚਣ ਪਿੱਛੇ ਵੀ ਸਭ ਤੋਂ ਪਹਿਲਾਂ ਹਨਾ ਘਰ ਦੀ ਔਰਤ ਜਿਹੜੀ ਇੱਕ ਮਾਂ ਹੁੰਦੀ ਹੈ ਜਿਹੜੀ ਸਾਨੂੰ ਜਨਮ ਦਿੰਦੀ ਹੈ ਉਹਦਾ ਸਭ ਤੋਂ ਵੱਡਾ ਹੱਥ ਹੁੰਦਾ ਔਰ ਉਸ ਤੋਂ ਬਾਅਦ ਲਾਈਫ ਦੇ ਵਿੱਚ ਜਿਹੜੀ ਸਾਡੀ ਅਰਧਾਂਗਨੀ ਹੁੰਦੀ ਹੈ ਜਿਹੜੀ ਸਾਡਾ ਜੀਵਨ ਸਾਥੀ ਹੁੰਦਾ ਹੈ ਉਹਦਾ ਸਭ ਤੋਂ ਵੱਡਾ ਸਾਥ ਹੁੰਦਾ ਹੈ ਐਵੇਂ ਨਹੀਂ ਕਿਹਾ ਸਿਆਣੇ ਨੇ ਕਿ ਇੱਕ ਦੇ ਇੱਕ 11 ਕਿਉਂਕਿ ਇੱਕ ਦੇ ਨਾਲ ਜੇ ਇੱਕ ਦਾ ਸਾਥ ਹੁੰਦਾ ਔਰ ਇਹ ਚੀਜ਼ ਇਹਨਾਂ ਦੀ ਮੂਵੀ ਜਿਹੜੀ ਡੋਂਕੀ ਹੈ ਉਹਦੇ ਵਿੱਚ ਵੀ ਦਿਖਾਇਆ ਗਿਆ ਭਾਜੀ ਬਾਹਰ ਬੰਦੇ ਤੁਸੀਂ ਡੋਂਕੀ ਲਾ ਕੇ ਭੇਜਿਆ ਸਿੱਧੇ ਰਸਤੇ ਕਿਉਂ ਨਹੀਂ ਭੇਜੇ ਪਹਿਲਾਂ ਤੇ ਦੱਸੋ ਭਾਈ ਦੇਖੋ ਕਿਹਾ ਤਾਂ ਮੈਂ ਬੜੇ ਤਰੀਕਿਆਂ ਨਾਲ ਪਿਆ ਪਿਆਰ ਨਾਲ ਕਿਹਾ ਸੀ ਨਾਲੇ ਬੜੇ ਨਿਮਤਾਂ ਨਾਲ ਕਿਹਾ ਸੀ ਕਿ ਭਾਈ ਛੋਟੀ ਕੰਟੀ ਚਲ ਜਾਓ ਕਦੋਂ ਐਡੀ ਵੱਡੀ ਕੰਟੀ ਜਾਣਾ ਮੁੜ ਕੇ ਤੁਸੀਂ ਇਹ ਦੇਖੋ ਤੁਸੀਂ ਐਮੀ ਬਾਈ ਨਾਲ ਗੱਲ ਕਰਨ ਨੂੰ ਉਤਸੁਕ ਹੋਵੋਗੇ ਪੂਰੀ ਮੂਵੀ 'ਚ ਐਮੀ ਬਾਈ ਇਹਨਾਂ ਨੂੰ ਫੋਨ ਕਰਦੇ ਆ ਔਰ ਪਰ ਇਹ ਫੋਨ ਨਹੀਂ ਚੱਕਦੇ ਐਮੀ ਬਾਈ ਦਾ ਚੱਕਦੇ ਔਰ ਕੱਟ ਦਿੰਦੇ ਆ ਇੰਨੇ ਵੱਡੇ ਬੰਦੇ ਹੋ ਗਏ ਜੇ 'ਚ ਪੈਸੇ ਪੈ ਗਏ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਬਿਲਕੁਲ ਔਰ ਬਹੁਤ ਹੀ ਖੂਬਸੂਰਤ ਕਨਸੈਪਟ ਸੀਗਾ ਉਸ ਮੂਵੀ ਦਾ ਵੀ ਔਰ ਇਦਾਂ ਦੇ ਕਨਸੈਪਟ ਪਰ ਇਦਾਂ ਦੇ ਲਾਈਫ ਦੇ ਵਿੱਚ ਰੀਅਲ ਇਨਸੀਡੈਂਟ ਕਦੀ ਕੋਈ ਤੁਹਾਡੇ ਨਾਲ ਹੋਇਆ ਹੋਵੇ ਜਿਹੜਾ ਕਿ ਅਜੇ ਤੱਕ ਤੁਹਾਨੂੰ ਯਾਦ ਹੋਏ ਕਿ ਇੱਕ ਉਦਾਹਰਨ ਪਰ ਉਸ ਤੋਂ ਪਹਿਲਾਂ ਮੇਰੇ ਖਿਆਲ ਹੈ ਆਪਾਂ ਸੰਜੇ ਜੀ ਨੂੰ ਗਾਣਾ ਸੁਣਾ ਦਈਏ ਬਿਲਕੁਲ ਜੀ ਬਿਲਕੁਲ ਸੰਜੇ ਪੂਨਮ ਜੀ ਗਾਣਾ ਫਰਮਾਇਸ਼ ਬਿਲਕੁਲ ਬਿਲਕੁਲ ਜੀ ਸਰਤਾਜ ਜੀ ਦਾ ਗਾਣਾ ਸਰਤਾਜ ਜੀ ਆ ਜਾਓ ਜੀ ਇੰਜੋਏ ਕਰਦੇ ਹਾਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਵੀਮਨ ਇੰਪਾਵਰਮੈਂਟ ਦੇ ਉੱਪਰ ਨਾਰੀ ਸਸ਼ਕਤੀਕਰਨ ਦੇ ਉੱਪਰ ਨਾਰੀ ਸ਼ਕਤੀ ਦੇ ਉੱਪਰ ਇੱਕ ਪਾਸੇ ਮੇਰੇ ਨਾਰੀ ਸ਼ਕਤੀ ਹੈ ਇਹਦੀ ਔਰ ਇੱਕ ਪਾਸੇ ਇੱਧਰ ਹਰ ਚੀਜ਼ ਦਾ ਮੇਲ ਹੁੰਦਾ ਹੈ ਜੀ ਸੋ ਉਹਦੇ ਨਾਲ ਹੀ ਲਾਈਫ ਪੈਰਲਰ ਹੁੰਦੀ ਹੈ ਪਰ ਇਸ ਪ੍ਰੋਗਰਾਮ ਨੂੰ ਪੈਰਲਰ ਕਿਵੇਂ ਰੱਖ ਸਕਦੇ ਹਾਂ ਇੱਧਰ ਗੱਲਾਂ ਚੱਲ ਰਹੀਆਂ ਨੇ ਗਾਣੇ ਚੱਲਦੇ ਰਹਿਣਗੇ ਉੱਧਰੋਂ ਤੁਹਾਡੇ ਕੋਲ ਆਉਣੇ ਹਾਂ ਜਾਰੀ ਰੱਖਿਓ ਗੱਲਾਂ ਬਾਤਾਂ ਚੱਲ ਰਹੀਆਂ ਔਰ ਸਮਾਈਲ ਕਰਨੀ ਹੈ ਯਾਰ ਪਹਿਲੀ ਗੱਲ ਤਾਂ ਹੈ ਲਾਈਫ 'ਚ ਕੁਛ ਵੀ ਹੋਏ ਮਿਹਨਤ ਕਰ ਰਹੇ ਹੋ ਚਾਹੇ ਕਿਸੇ ਵੀ ਮਜਬੂਰੀ 'ਚ ਹੋ ਕੁਛ ਵੀ ਹੈ ਆਪਾਂ ਅਕਸਰ ਗੱਲ ਕਰਦੇ ਹਾਂ ਨਾ ਜੇ ਪਰਮਾਤਮਾ ਨੇ ਇਹ ਜ਼ਿੰਦਗੀ ਦਿੱਤੀ ਹੈ ਤਾਂ ਉਹਨੇ ਹਰ ਚੀਜ਼ ਸੋਚ ਸਮਝ ਕੇ ਦਿੱਤੀ ਹੋਈ ਹੈ ਬਸ ਉਹਦੀ ਰਜ਼ਾ 'ਚ ਰਹਿ ਕੇ ਸਮਾਈਲ ਕਰਦੇ ਜਾਓ ਸੋ ਦੇਖੋ ਕਿ ਜਿਵੇਂ ਇਹ ਸਾਡੀਆਂ ਪੰਜਾਬ ਦੀਆਂ ਚਾਰ ਧੀਆਂ ਨੇ ਜਿਨ੍ਹਾਂ ਨੇ ਮਿਹਨਤ ਬਹੁਤ ਕੀਤੀ ਹੈ ਹੈ ਨਾ ਪੜ੍ਹਾਈ ਬਹੁਤ ਕੀਤੀ ਹੈ ਔਰ ਟੈਸਟ ਐਗਜ਼ਾਮ ਕਲੀਅਰ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੈਂਕ 'ਤੇ ਆਉਣਾ ਪਹਿਲੇ 4 ਰੈਂਕ 'ਤੇ ਆਉਣਾ ਇਹ ਆਪਣੇ ਆਪ 'ਚ ਸਭ ਤੋਂ ਮੁਸ਼ਕਿਲ ਜੌਬ ਹੈ ਇਸ ਤੋਂ ਬਾਅਦ ਇਹ ਤਾਂ ਹੁਣ ਉਹ ਜ਼ਿਆਦਾ ਫੀਲ ਕਰ ਸਕਦੇ ਆ ਭਾਜੀ ਜਿਹੜੇ ਸਾਡੇ ਵਰਗੇ ਬੈਕ ਬੈਂਚਰਸ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੇ ਕਲਾਸ 'ਚ ਜਿਵੇਂ ਇੱਕ ਕਲਾਸਰੂਮ ਦੇ ਵਿੱਚ 50 ਬੱਚੇ ਹੁੰਦੇ ਆ ਮੰਨ ਲਓ ਹਨਾ ਉਹਨਾਂ ਦੇ ਵਿੱਚੋਂ ਹੁਣ ਸਾਰੇ ਤਾਂ ਫਸਟ ਰੈਂਕ 'ਤੇ ਆ ਨਹੀਂ ਸਕਦੇ ਆ ਦੂਜੇ 'ਤੇ ਨਹੀਂ ਆ ਸਕਦੇ ਸਾਡੇ ਵਰਗੇ ਕਹਿੰਦੇ ਆ ਭਾਈ ਸਾਨੂੰ 33 ਦੇ ਦਿਓ ਅਸੀਂ ਇੱਥੇ ਬੈਠ ਕੇ ਖੁਸ਼ ਹਾਂ ਅਤੇ ਭਾਜੀ ਆਪਣੇ ਵੈਸੇ ਨੰਬਰ ਕਿੰਨੇ ਕਰੇ ਆ ਸਕੂਲ 'ਚ ਛੱਡੋ ਕਾਲਰ ਆ ਗਏ ਰਾਜ਼ ਨਹੀਂ ਖੋਲ੍ਹਣੇ ਕਹਿੰਦੇ ਹਾਂਜੀ ਗੱਲ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਕਿੱਥੋਂ ਗੱਲ ਕਰ ਰਹੇ ਹੋ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਕਰਦੇ ਹਾਂ ਜੀ ਅੱਛਾ ਜੀ ਨਾਮ ਨਹੀਂ ਦੱਸਿਆ ਤੁਸੀਂ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਸਵਾਗਤ ਹੈ ਤੇ ਗਾਣਾ ਕਿਹੜਾ ਕਰਦਾ ਸੁਣਨਾ ਪਹਿਲਾਂ ਇਹ ਦੱਸੋ ਗਾਣਾ ਹੀ ਬੱਬੂ ਮਾਰਦਾ ਜੀ ਉੱਚੀਆਂ ਇਮਾਰਤਾਂ ਨਾਲ ਦੇਖੋ ਫਿਰ ਤੁਸੀਂ ਤਾਂ ਗਾਣਾ ਵੀ ਉਹੀ ਸੁਣਨਾ ਆਪਦੇ ਹੀ ਕਹਿੰਦੇ ਉੱਚੀਆਂ ਇਮਾਰਤਾਂ ਨਾਲ ਦੇਖ ਤੁਸੀਂ ਦੇਖਦੇ ਹੋ ਇਹ ਦੱਸੋ ਪਹਿਲਾਂ ਹਾਂਜੀ ਤੁਸੀਂ ਉੱਚੀਆਂ ਇਮਾਰਤਾਂ ਦੇਖਦੇ ਹੋ ਇਹ ਦੱਸੋ ਪਹਿਲਾਂ ਕਿਆ ਕਹਿੰਦੇ ਵੀ ਹਾਂ ਟੀਵੀ ਤੁਹਾਡਾ ਪਾਵਨ ਧਰਤੀ ਤੋਂ ਬੋਲ ਰਹੇ ਹੋ ਜੀ ਪਾਣੀ ਵਾਂਗ ਬਣਾ ਦਿੰਦੇ ਲੋਹੇ ਨੂੰ ਜੀ ਅੱਛਾ ਜੀ ਲੋਹੇ ਨੂੰ ਪਾਣੀ ਵਾਂਗ ਬਣਾ ਦਿੰਦੇ ਹੋ ਹਾਂਜੀ ਹਾਂ ਇੱਧਰ ਮੇਰੇ ਇੱਧਰ ਲੈਫਟ ਸਾਈਡ ਦੇਖੋ ਇੱਧਰ ਫਿਰ ਚਲੋ ਮੇਰਾ ਖਿਆਲ ਨਾਰੀ ਸ਼ਕਤੀ ਬਿਲਕੁਲ ਜੀ ਜਿੰਦਾਬਾਦ ਜਿੰਦਾਬਾਦ ਔਰ ਜਿੰਦਾਬਾਦ ਰਹੇਗੀ ਚਾਹੀਦੀ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਗਾਣਾ ਜਰੂਰ ਸੁਣਾਉਂਦੇ ਆ ਪਰ ਬਾਈ ਜੀ ਉੱਚੀਆਂ ਇਮਾਰਤਾਂ ਤੇ ਨਹੀਂ ਬੱਬੂ ਬਾਈ ਦਾ ਕੋਈ ਹੋਰ ਗਾਣਾ ਜ਼ਰੂਰ ਸੁਣਾ ਦਿੰਦੇ ਆ ਕਿਉਂਕਿ ਬੱਬੂ ਬਾਈ ਦੀ ਫੈਨ ਫੋਲੋਇੰਗ ਵੀ ਇੰਨੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹ ਤਾਂ ਭਾਵੇਂ ਇੱਥੇ ਰਹਿਣ ਭਾਵੇਂ ਕੈਨੇਡਾ ਰਹਿਣ ਭਾਵੇਂ ਅਮਰੀਕਾ ਰਹਿਣ ਉਹਨਾਂ ਦਾ ਬਿਲਕੁਲ ਬਿਲਕੁਲ ਬੱਲੇ ਬੱਲੇ ਆਓ ਪਹਿਲਾਂ ਆਪਾਂ ਇਹਨਾਂ ਨੂੰ ਗਾਣਾ ਸੁਣਾ ਗਾਣਾ ਸੁਣਦੇ ਆ ਜੀ ਜੀ ਹਾਂ 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 ਹਾਂ
हाँ जी ते वीमेन एम्पावरमेंट दी गल चल रही है ते जिथे आपां हुण आने आ पंजाबी इंडस्ट्री दे विच ते जिथे कोरियोग्राफी दी गल कर रहे हैं तां कोरियोग्राफ करदे ने यानी कि अगे है ना जो भी तुसीं ट्रैक्स देखदे हो गाने दे वीडियोस देखदे हो उहदे विच कोरियोग्राफी करदे ने। लास्ट टाइम भी आपां इहनां दे नाल बहुत गल्लां कीतीआं ते हुण जिथे नारी शक्ति दी गल कीती है ते इह दसो जिहड़े कलाकार हुंदे आ जिहड़े एक तां हो गए मेल आर्टिस्ट एक हो गए फीमेल आर्टिस्ट ते जिहड़े फीमेल आर्टिस्ट हुंदे आ ਉਹਨਾਂ ਦੇ ਨਾਲ ਡੀਲ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਜਾਂ ਮੇਲ ਆਰਟਿਸਟ ਦੇ ਨਾਲ ਇਹ ਦੱਸੋ ਕਲਾਕਾਰੀ ਦੇ ਪੱਖ ਤੋਂ ਗੱਲ ਕਰ ਰਹੇ ਹਾਂ ਬਹੁਤ ਆਰ ਕੰਫਰਟੇਬਲ ਦੋਨੇ ਮਤਲਬ ਹਾਂ ਕੋਈ ਐਡੀ ਗੱਲ ਨਹੀਂ ਜਦੋਂ ਅਸੀਂ ਆਪਣੀ ਜਗ੍ਹਾ ਦੇ ਉੱਤੇ ਆਪਣੇ ਕੰਮ ਲਈ ਆਪਣਾ ਆਪਾਂ ਪਿਓਰ ਹਾਂ ਜੀ ਤੇ ਚਾਹੇ ਮੇਰੇ ਸਾਹਮਣੇ ਕੋਈ ਮੇਲ ਹੈ ਚਾਹੇ ਮੇਰੇ ਸਾਹਮਣੇ ਕੋਈ ਫੀਮੇਲ ਹੈ ਮੈਂ ਦੋਵਾਂ ਨੂੰ ਬਰਾਬਰ ਟ੍ਰੀਟ ਕਰਦੀ ਹਾਂ ਕਿਸੇ ਨੂੰ ਇੰਪੋਰਟੈਂਸ ਨਹੀਂ ਦਿੰਦੀ ਠੀਕ ਹੈ ਔਰ ਵੈਸੇ ਅੱਜ ਦੇ ਟਾਈਮ ਦੇ ਉੱਤੇ ਇੱਕ ਔਰਤ ਆਪਣੀ ਜਗ੍ਹਾ ਬਣਾ ਚੁੱਕੀ ਹੈ ਜਦੋਂ ਮੇਲ ਇੱਕ ਔਰਤ ਨਾਲ ਗੱਲ ਕਰਦਾ ਪਹਿਲਾਂ ਹੀ ਉਹਨੂੰ ਪਤਾ ਹੁੰਦਾ ਕਿ ਉਹਦੇ ਮਤਲਬ ਉਹਨੇ ਕਿੱਥੋਂ ਤੱਕ ਰਹਿ ਕੇ ਗੱਲਬਾਤ ਕਰਨੀ ਆ ਠੀਕ ਹੈ ਇਸ ਲਈ ਖਾਸ ਮੁਸ਼ਕਿਲ ਨਹੀਂ ਲੱਗਦਾ ਅਸੀਂ ਵੈਸੇ ਵੀ ਗਾਣੇ ਨੂੰ ਸੁਣ ਕੇ ਆਪਣੇ ਮੂਮੈਂਟਸ ਦੱਸਣੀਆਂ ਹੁੰਦੀਆਂ ਆਪਣੇ ਸ਼ਾਰਟਸ ਨੂੰ ਡਿਫਾਈਨ ਕਰਨਾ ਹੁੰਦਾ ਸਾਡਾ ਕੰਮ ਸਿਰਫ ਸਮਝਾਉਣਾ ਹੁੰਦਾ ਅਸੀਂ ਸਮਝਾ ਦਿੰਦੇ ਹਾਂ ਦੂਜੀ ਗੱਲ ਅਗਰ ਨਹੀਂ ਸਮਝ ਆਉਂਦੀ ਅਸੀਂ ਕਰਕੇ ਦਿਖਾ ਦਿੰਦੇ ਜਿੰਨਾ ਨਾਰੀ ਸ਼ਕਤੀ ਦੀ ਗੱਲ ਹੋ ਰਹੀ ਹੈ ਲੇਕਿਨ ਮੇਰੇ ਸਾਹਮਣੇ ਨਾ ਦੋ ਮਰਦ ਖੜੇ ਹੈ ਔਰ ਮੈਨੂੰ ਬੋਲਣ ਨਹੀਂ ਦੇ ਰਹੇ ਜਦੋਂ ਮੈਂ ਬੋਲਣਾ ਸ਼ੁਰੂ ਹੋ ਗਈ ਨਾ ਤੁਹਾਡੀ ਬੋਲ ਰਹਿਣ ਦੋ ਜੀ ਲਾਲ ਛੜੀ ਮੈਦਾਨ ਖੜੀ ਬਹਿ ਜਾਓ ਖੂਬ ਲੜੀ ਤੇ ਖੂਬ ਲੜੀ ਪਰ ਇਹੀ ਕੰਮ ਕਰਦੇ ਹੋ ਪਹਿਲਾਂ ਵੀ ਇਹੀ ਕੰਮ ਕਰਦੇ ਅਸੀਂ ਛੱਟ ਤੇ ਲੜਦੇ ਹੁੰਦੇ ਸੀ ਸਮਝਾਉਂਦੇ ਘੱਟ ਲੜਦੇ ਜ਼ਿਆਦਾ ਉਹ ਤੇ ਲੜ ਲੜ ਕੇ ਇਸ ਜਗ੍ਹਾ ਤੇ ਪਹੁੰਚੀ ਆ ਯੂ ਨੋ ਜੀ ਜੀ ਮੈਂ ਬੋਲਾਂ ਜੀ ਹੁਣ ਸੋ ਇਦਾਂ ਦਾ ਫਨ ਮਸਤੀ ਮਜ਼ਾਕ ਵੀ ਸੈਟ ਦੇ ਉੱਪਰ ਹੀ ਚੱਲਦਾ ਕਿਉਂਕਿ ਜਿੱਥੇ ਫੈਮਿਲੀ ਵਾਲਾ ਮਾਹੌਲ ਹੁੰਦਾ ਇੱਕ ਤਾਂ ਆਰਟਿਸਟ ਕੰਫਰਟ ਫੀਲ ਕਰਦਾ ਰਾਈਟ ਔਰ ਜਦੋਂ ਤੁਸੀਂ ਫੀਲਡ ਦੇ ਕੰਮ ਕਰ ਰਹੇ ਹੋ ਹੈ ਨਾ ਔਰ ਜਦੋਂ ਕਿਸੇ ਨਵੇਂ ਆਰਟਿਸਟ ਨਾਲ ਮੁਲਾਕਾਤ ਹੋਈ ਹੈ ਔਰ ਜਿਵੇਂ ਕਿ ਅੱਜ ਮੇਰੀ ਪਹਿਲੀ ਵਾਰ ਮੁਲਾਕਾਤ ਹੋਈ ਹੈ ਸਿਮਰਪਾਲ ਜੀ ਨਾਲ ਔਰ ਬਹੁਤ ਅੱਛਾ ਨੇਚਰ ਤੁਸੀਂ ਦੇਖ ਵੀ ਰਹੇ ਹੋ ਕਿਉਂਕਿ ਬੰਦੇ ਨੂੰ ਹਮੇਸ਼ਾ ਉੱਦਾਂ ਹੀ ਹੋਣਾ ਚਾਹੀਦਾ ਜਿੱਦਾਂ ਉਹ ਐਕਚੁਅਲ ਲਾਈਫ ਦੇ ਵਿੱਚ ਹੈ ਕਿਉਂਕਿ ਡਬਲ ਫੇਸਿਸ ਵਾਲਾ ਬੰਦਾ ਹਮੇਸ਼ਾ ਹੀ ਭਾਜੀ ਕੀ ਕਹਿੰਦੇ ਆ ਅਸਫਲ ਹੁੰਦਾ ਹੈ ਲਾਈਫ ਇੱਧਰ ਹੁੰਦਾ ਨਾ ਉੱਧਰ ਹੁੰਦਾ ਉਹ ਵਿੱਚ ਡਿੱਗਦਾ ਹੈ ਡਿੱਗਦਾ ਬਿਲਕੁਲ ਔਰ ਹਮੇਸ਼ਾ ਹੀ ਆ ਜੋ ਵੀ ਆ ਜਿੱਦਾਂ ਵੀ ਆ ਬਸ ਆਪਦਾ ਇੱਕੋ ਫੇਸ ਰੱਖ ਕੇ ਚੱਲੋ ਜੋ ਵੀ ਆ ਸੱਚ ਰੱਖ ਕੇ ਚੱਲੋ ਤਾਂ ਹੀ ਜ਼ਿੰਦਗੀ 'ਚ ਕੰਮ ਤੁਸੀਂ ਗੱਲ ਕਰਦੇ ਸੀ ਮੇਰੇ ਸਟਾਰਟਿੰਗ ਜਦੋਂ ਮੈਂ ਸਟਾਰਟ ਕੀਤਾ ਆਪਣਾ ਕੈਰੀਅਰ ਮੇਰੇ ਮਦਰ ਫਾਦਰ ਨੇ ਬੜਾ ਸਾਥ ਦਿੱਤਾ ਉਹਦਾ ਮੇਰਾ ਜੀ ਮਦਰ ਦੇ ਖਾਸ ਕਰਕੇ ਜੀ ਕਿਉਂਕਿ ਮੈਂ ਕਹਿਣਾ ਜੀ ਮੈਂ ਸ਼ੂਟਿੰਗ ਆਈ ਗਾਣੇ ਕਰਨੇ ਜੀ ਅਤੇ ਉਦੋਂ ਮੇਰੀ ਕਟਿੰਗ ਹੋ ਗਈ ਜੀ ਜੀ ਫਿਰ ਉਹ ਕਰਦੇ ਕਰਦੇ ਮਦਰ ਨੇ ਫਸਾ ਦਿੱਤਾ ਤੇ ਭਾਜੀ ਜਦੋਂ ਫਿਰ ਉਹਨਾਂ ਨੇ ਪਹਿਲੀ ਵਾਰੀ ਤੁਹਾਨੂੰ ਪਰਦੇ ਤੇ ਟੀਵੀ ਤੇ ਦੇਖਿਆ ਉਦੋਂ ਟੀਵੀ ਤੇ ਦੇਖਿਆ ਕਿ ਪਹਿਲੀ ਵਾਰ ਮੂਵੀ 'ਚ ਦੇਖਿਆ ਇਹ ਦੱਸੋ ਨਹੀਂ ਪਹਿਲੀ ਵਾਰ ਉਹਨਾਂ ਨੇ ਟੀਵੀ ਦੇਖਿਆ ਸੀ ਗਾਣੇ ਆਏ ਸੀ ਹਾਂਜੀ ਤੇ ਨਾਲ ਬੈਠ ਕੇ ਤੁਸੀਂ ਕਿ ਉਹਨਾਂ ਨੇ ਇਕੱਲਿਆਂ ਨਹੀਂ ਦੇਖਿਆ ਤੁਸੀਂ ਦੱਸਿਆ ਨਹੀਂ ਮੈਂ ਸ਼ੂਟ ਸੀ ਮੈਨੂੰ ਫੋਨ ਕੀਤਾ ਸੀਗਾ ਕਿ ਅੱਜ ਗਾਣਾ ਹੈ ਤੇਰਾ ਗਾਣਾ ਮੈਂ ਵਾਪਸ ਸ਼ੋਰ ਫੋਨ ਆਪਣੇ ਮੋਬਾਈਲ ਹੀ ਸੀਗਾ ਉਹ ਜ਼ਮਾਨਾ ਵੀ ਇਦਾਂ ਦਾ ਸੀਗਾ ਲੈਂਡਲਾਈਨ ਤੇ ਫੋਨ ਤੇ ਕਰ ਹੁੰਦੀ ਸੀ ਤੇ ਮੈਂ ਜਦ ਵਾਪਸ ਆਇਆ ਸ਼ੂਟਿੰਗ ਤੋਂ ਤਾਂ ਮੈਂ ਦੱਸਿਆ ਤੇਰੇ ਗਾਣੇ ਵੇਖੇ ਦੋ ਗਾਣੇ ਔਰ ਪੂਰੀ ਫੈਮਿਲੀ ਦੇ ਵਿੱਚ ਹੈ ਨਾ ਉਹ ਮਾਹੌਲ ਜਿਹੜਾ ਖੁਸ਼ੀ ਦਾ ਹੋਊਗਾ ਔਰ ਆਲੇ ਦੁਆਲੇ ਜਿਹੜੇ ਚਾਰ ਘਰ ਹੋਰ ਜਾ ਕੇ ਦੱਸੋ ਬਿਲਕੁਲ ਮੇਰਾ ਮੁੰਡਾ ਆਇਆ ਟੀਵੀ ਤੇ ਕੀ ਬਾਤ ਹੈ ਔਰ ਅੱਜ ਫੈਮਿਲੀ ਦੇਖ ਰਹੀ ਹੈ ਭਾਜੀ ਟੀਵੀ ਤੇ ਸ਼ਾਇਦ ਮੇਰੇ ਸਾਹ ਨਾਲ ਮੈਂ ਦੱਸ ਕੇ ਆਇਆ ਸੀਗਾ ਕਿਉਂਕਿ ਬਟ ਉਹ ਕਿਹਾ ਥੋੜ੍ਹਾ ਜਿਹਾ ਪਾਪਾ ਵੀ ਗਏ ਹੋਏ ਨੇ ਕਿਤੇ ਬਾਹਰ ਫਾਦਰ ਸਾਹਿਬ ਤੇ ਮਦਰ ਵੀ ਥੋੜ੍ਹੇ ਜਿਹੇ ਆਪਣੇ ਕੰਮ ਇਹਦੇ ਲਈ ਵੀ ਘਬਰਾਉਣ ਦੀ ਲੋੜ ਨਹੀਂ ਆ ਇਹਦੇ ਲਈ ਵੀ ਸਾਡੇ ਕੋਲ ਇੱਕ ਹੋਰ ਫੈਸਿਲਿਟੀ ਹੈਗੀ ਹੈ ਤੁਹਾਡੇ ਲਈ ਇੱਕ ਐਕਸਟਰਾ ਬੋਨਸ ਹੈਗਾ ਉਹਦੇ ਲਈ ਕੀ ਕਰਨਾ ਹੈ ਫੈਮਿਲੀ ਨੂੰ ਵੀ ਔਰ ਆਪ ਵੀ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ YouTube ਤੇ ਸਬਸਕ੍ਰਾਈਬ ਕਰਨਾ ਪਹਿਲਾਂ ਦੇ ਜੀ ਔਰ ਇਹੀ ਵਾਲਾ ਐਪੀਸੋਡ ਉੱਥੇ ਤੁਹਾਨੂੰ ਮਿਲ ਜਾਏਗਾ ਪੂਰਾ ਠੀਕ ਹੈ ਜੀ ਔਰ ਜਿੰਨੇ ਵੀ ਕਾਲਰ ਕਾਲ ਟੀਵੀ ਸਕਰੀਨ ਤੇ ਥੱਲੇ ਲਿਖਿਆ ਵੀ ਆ ਹਾਂਜੀ 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 ਬਿਲਕੁਲ ਬਿਲਕੁਲ ਸਹੀ ਪਕੜੇ ਹੈ ਆਓ ਜੀ ਕਾਲਰ ਰੈਡੀ ਨੇ ਇਹਨਾਂ ਨੂੰ ਵੀ ਫੜ ਲਈਏ ਗੱਲ ਕਰਦੇ ਹਾਂ ਹੈਲੋ ਹੈਲੋ ਡੱਡਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੈਰੀ ਪੈਨੇ ਆ ਜੀ ਦਿੰਦੇ ਰਹੇ ਜੀ ਵੱਡਿਆ ਵੱਡਿਆ ਉਮਰ ਹੋਣਾ ਸਾਡੇ ਪਿਆਰ ਨਾਲ ਇੰਨੇ ਰਿਸ਼ਤੇ ਜੁੜੇ ਹੋਏ ਨੇ ਨਾ ਇਹ ਮੇਰੇ ਰਿਸ਼ਤੇ ਚ ਹੁਣ ਭੂਆ ਜੀ ਵੀ ਨੇ ਵਾਹਿਗੁਰੂ ਦੀ ਕਿਰਪਾ ਜੀ ਤੁਹਾਡੇ ਵੱਡਾ ਦਾ ਆਸ਼ੀਰਵਾਦ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਬਸ ਤੁਹਾਡੇ ਆਸ਼ੀਰਵਾਦ ਬਲੈਸਿੰਗਸ ਹੈ ਜਿਹਦੇ ਕਰਕੇ ਇਹ ਕਹਿੰਦੇ ਆ ਨਾ ਕਿ ਇੱਕ ਪੋਜ਼ਿਟਿਵਿਟੀ ਰਹਿਣੀ ਚਾਹੀਦੀ ਹੈ ਬੰਦੇ 'ਚ ਮੇਰੇ 'ਚ ਸਿਰਫ ਇਹ ਪੋਜ਼ਿਟਿਵਨੈਸ ਦਾ ਕਾਰਨ ਤੁਸੀਂ ਹੋ ਸਾਰੇ ਜਣੇ ਜਿੰਨੇ ਵੀ ਕਾਲ ਕਰਦੇ ਹੋ ਪਿਆਰ ਕਰਦੇ ਹੋ ਹੈ ਨਾ ਇੱਕ ਦੂਜੇ ਆਪਾਂ ਕਹਿੰਦੇ ਹਾਂ ਨਾ ਕਿਸੇ ਨੂੰ ਜੀ ਕਹਿੰਦੇ ਹਾਂ ਉਹ ਤਾਂ ਹੀ ਜੀ ਕਹਿੰਦਾ ਰਾਈਟ
ਸੋ ਤੁਸੀਂ ਇੰਨੀ ਪਿਆਰੀਆਂ ਗੱਲਾਂ ਕਰਦੇ ਹੋ, ਮੈਂ ਤਾਂ ਤੁਹਾਡੇ ਨਾਲ ਇੱਦਾਂ ਦਾ ਰਹਿਣਾ ਔਰ ਮੈਂ ਖੁਦ ਵੀ ਇੱਦਾਂ ਦਾ ਬਣਨ ਦੀ ਕੋਸ਼ਿਸ਼ ਕਰਦਾ, ਹਾਲੇ ਵੀ ਬਹੁਤ ਕਮੀਆਂ ਨੇ। ਜੀ 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 ਗਾਣਾ ਕਿਹੜੇ ਸਿੰਗਰ ਦਾ ਸੁਣਨਾ ਹੈ ਦੱਸੋ ਪਹਿਲਾਂ। अच्छा जी, रंजीत बाबा जी, इन्हां दे हस्बैंड दा नाम रंजीत है जी। ओ क्या बात है, ते गाना भी उन्हां दे अक्सर सुनना पसंद करदे ने। शुक्रिया जी कॉल करन लई, धन्नवाद। और अंकल जी तुहानू भी प्यार भरी सत श्री अकाल। सत श्री अकाल। अंकल जी प्रोग्राम देखदे नहीं हुंदे सी, पर आंटी जी ने देखन लाते। हां तां की दस रहे आ, वूमन पावर। सो इदां ही है, पावर चलदी रहिंदी है। इह गाने दी गाने दी गल करदे, चैनल दी करदे, तां रोटियां बनाउण ला दिंदे जी। शर्म दी गल होनी भी नहीं चाहिदी। करो यार, अपने घर च काम करन दी की शर्म नहीं है। अपने अपने वास्ते सी करना, अपने घर दा नहीं करना। जे रोटी बनाई सी, नेवर नो कि कभी तुहानू घर दे विच किहड़ी चीज़ की जरूरत पै सकती है। घर के घरों बहर हो सकते हैं भाई, होर भी सोच और वैसे भी घर के प्रधानमंत्री नू खुश रखोगे तो। मेरा ख्याल है एक चीज मैं फिर कहना चाहना जी, मैं नहीं कहना चाहना हूं, समझ गए हो, समझदारी बहुत हो यार। जी हाँ, गल कर रहे थे वूमेन पावर के उपर। सो हूँ थोड़ा जहा चेंज करते हैं, गल हमेशा वूमेन पावर की होंगी है, लेकिन जी मैन पावर इस वक्त इन्नी ज्यादा है कि वूमेन चुप करा दें इस वक्त। देखो जी, रल मिल के ये चीज़ चलती है ना, घर भी इदा ही होंगे और सारे इस चीज़ के की कहें हाथ नहीं हाथ होंगे। और कला जो बंदा कह दे कि उ सारिया चीजा कर लेगा, ये भी नहीं हो सकता। हूँ जो कली औरत कह दे, जनानी कह दे, वह भी नहीं इदा हो सकता कि उही सारा। मैं ना एक्चुअली तरस खा रही हूँ, तो मैं कहनी जिन्ना बोलना बोलो, बाद चो बोलने का मौका नहीं मिलना। सत वचन जी, इतने कोई नहीं कुछ कह सकता। बिल्कुल 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 भाजी, यही चीज़ है। सो घर भी इदा ही होना चाहिए है जी, जे हसते रहना है, जे इदा ही हसते रहोंगे तो घर भी इदा का ही हासे वाला माहौल बने ही रहता है। सो भाजी मैं ये पूछ रहा है कि टीवी से जो पहली बार आए है ना, उस बाद फैमिली ने देखा तुम सारा आले दुआले पिंड इदा होंगे या घर इदा होंगे, आंढ़िया गुआढ़िया के तक वो हो जाता। फिर जो रिश्तेदार पहुंचे, पहले ये दसो यार दोस्तों ने किन्नी फिर फुकरी मारी। यार दोस्तों की बड़ी आदत होंगी है। हाँ नहीं, उदो यार दोस्तों ने इन्ना ज़्यादा नहीं ध्यान दिता क्योंकि सारे बिजी अपने मौज मस्ती वाली उम्र सी सारे की। मैं इधर नू पै गया, चलो नाले मैं काम भी करता सी, नाले इधर पासे पै गया। फिर असीं गल कीती पिंड जो पहुंचा, मेरे भतीजे भतीजियां भांजे भांजियां उन्हां चौथे दिन कोई ना कोई फोन आना जी, मामा जी तुहाडा गाना वेख्या, मामा जी तुहाडा गाना वेख्या, चाचा जी तुहाडा गाना वेख्या, और सारे इकट्ठे होके बह गए। इन्नी खुशी होनी कि यार कमाल है। ਹੁੰਦਾ ਨਾ ਕਿ ਤੁਸੀਂ ਜਦੋਂ ਤੁਸੀਂ ਕੰਮ ਕਰ ਰਹੇ ਹੋ ਉਹਦਾ ਤੁਹਾਨੂੰ ਬੱਚੇ ਇਨੀਸ਼ੀਏਟ ਕਰਨ, ਤੁਹਾਨੂੰ ਪਿਆਰ ਦੇਣ, ਤੁਹਾਨੂੰ ਬੜਾ ਸਕੂਨ ਮਿਲਦਾ ਕਿ ਹਾਂ ਅਸੀਂ ਬਹੁਤ ਵਧੀਆ ਕੰਮ ਕੀਤਾ। ਤੇ ਕਦੀ ਭਾਜੀ ਏਦਾਂ ਦੀ ਇੰਸੀਡੈਂਟ ਹੋਇਆ ਕਿ ਕਿਸੇ ਨੇ ਤੁਹਾਨੂੰ ਵੈਸੇ ਕਿਤੇ ਕੋਈ ਟੱਕਰ ਗਿਆ ਹੋਏ, ਵਿਆਹ ਸ਼ਾਦੀ 'ਚ ਟੱਕਰ ਗਿਆ ਹੋਏ, ਕਿਤੇ ਹੋਰ ਮਿਲ ਗਿਆ ਹੋਏ, ਉਹਨੇ ਅਚਾਨਕ ਹੀ ਤੁਹਾਨੂੰ ਇਹ ਕਹਿਤਾ ਹੋਏ ਕਿ ਯਾਰ ਮੈਂ ਤੁਹਾਡਾ ਉਹ ਭਲਾ ਗਾਣਾ ਸੁਣਨਾ, ਮੈਨੂੰ ਉਹ ਗਾਣਾ ਸੁਣਾਓ, ਫਿਰ ਤੁਸੀਂ ਉਹਨੂੰ ਦੱਸਿਆ ਨਹੀਂ ਕਿ ਮੈਂ ਇਹ ਗਾਣਾ ਗਾਇਆ ਨਹੀਂ। ਤੇ ਉਹ ਇੱਥੇ ਹੁੰਦਾ ਨਾ ਕਈ ਵਾਰ ਤੁਸੀਂ ਜਦੋਂ ਵਿਆਹ ਸ਼ਾਦੀ ਦੇ ਕਿਤੇ ਵਿਆਹ 'ਤੇ ਗਏ ਹੋਵੋ, ਤੁਹਾਨੂੰ ਪਛਾਣ ਜਾਂਦੇ ਆ, ਅਤੇ ਉਹ ਫਿਰ ਕਹਿੰਦੇ ਭਾਅ ਜੀ ਤੁਸੀਂ ਉਹ ਗਾਣਾ ਕੀਤਾ ਸੀਗਾ, ਜਿਵੇਂ ਕੀ ਕਿਤੇ ਦੁੱਖ ਦੱਸੀ ਸੀ ਖੁੱਟੇ ਕਿਸਮਤਾਂ ਵਾਲੇ ਦਾ। ਹਾਂਜੀ ਹਾਂਜੀ, ਅਤੇ ਅਸੀਂ ਉਦੋਂ ਗਾਣਾ ਕੀਤਾ ਅਤੇ ਮੈਨੂੰ ਮੁੰਡਾ ਮਿਲਿਆ ਇੱਕ, ਭਾਅ ਜੀ ਉਹ ਫਿਰ ਕੁੜੀ ਤੁਹਾਨੂੰ ਸੱਚੀ ਛੱਡ ਕੇ ਚਲੀ ਗਈ ਸੀ, ਤੁਸੀਂ ਇੰਨਾ ਰੋਏ ਜੀ ਜੀ, ਅਤੇ ਕਿੰਨੇ ਦਿਨ ਬਾਅਦ ਠੀਕ ਹੋ ਗਏ ਤੁਸੀਂ? ਮੈਂ ਕਿਹਾ ਕਿਹੜਾ ਭਰਾਵਾ, ਮੈਂ ਕਿਹਾ ਰੋਇਆ, ਕਹਿੰਦਾ ਭਾਅ ਜੀ ਉਹ ਕੁੜੀ ਤੁਹਾਨੂੰ ਛੱਡ ਜਾਂਦੀ ਹੈ, ਠੀਕ ਹੋ ਜਾਂਦੀ ਹੈ। ਸਾਨੀਆ ਪੰਨੂ ਸੀ ਨਾ ਉਸ ਵਾਰੀ? ਹਾਂਜੀ, ਸਾਨੀਆ ਉਹ ਬਹੁਤ ਕਮਾਲ ਦੀ ਐਕਟਰ ਸੀ ਉਹ। ਅਤੇ ਉਹ ਹੋਇਆ ਕੀ ਕਿ ਜਦੋਂ ਮੈਨੂੰ ਕਿਹਾ ਨਹੀਂ ਭਾਅ ਜੀ, ਕਹਿੰਦੇ ਤੁਸੀਂ ਤਾਂ ਐਂ ਰੋਂਦੇ ਸੀ, ਸੱਚੀ ਮੁੱਚੀ ਤੁਸੀਂ ਛੱਡ ਕੇ ਚਲੀ ਗਈ ਹੁੰਦੀ ਤੁਹਾਡੀ ਗਰਲਫ੍ਰੈਂਡ। ਮੈਂ ਕਿਹਾ ਭਰਾਵਾ ਤੁਹਾਡੀ ਐਕਟਿੰਗ ਹੈ ਜੀ। ਕੀ ਬਾਤ ਹੈ। ਔਰ ਇਹ ਕਹਿੰਦੇ ਕਿ ਜਦੋਂ ਐਕਟਰ ਦੀ ਇਹ ਚੀਜ਼ ਹੈ ਨਾ, ਦਰਸ਼ਕਾਂ ਤੱਕ ਪਹੁੰਚ ਜਾਏ, ਲੋਕਾਂ ਦੇ ਦਿਲਾਂ ਤੱਕ ਪਹੁੰਚ ਜਾਏ, ਕਿ ਉਹਨਾਂ ਨੂੰ ਇਹ ਚੀਜ਼ ਬਿਲਕੁਲ ਰਿਲੇਟ ਕਰਨ ਲੱਗ ਜਾਣ ਉਹ ਆਪਣੇ ਆਪ ਨਾਲ ਕਿ ਯਾਰ ਵਾਕਈ ਇਹ ਰਿਐਲਿਟੀ ਹੈ, ਮਤਲਬ ਰੀਅਲ ਚੀਜ਼ ਹੈ, ਉਦੋਂ ਚੀਜ਼ ਕਿਤੇ ਨਾ ਕਿਤੇ ਸਕਸੈਸ ਹੋ ਵੀ ਜਾਂਦੀ ਹੈ। ਦੇਖੋ ਇਹ ਸਾਰਾ ਦਰਦ ਦਾ ਜਿਹੜਾ ਆਉਂਦਾ ਕੰਮ ਆਉਂਦਾ ਉਹ ਡਾਇਰੈਕਟਰ ਦੇ
ਮੱਥੇ ਪੈਂਦੀ ਹੈ, ਸਿਰ 'ਤੇ ਪੈਂਦੀ ਹੈ ਕਿ ਮੈਂ ਐਕਟਰ ਕੋਲੋਂ ਕਿਹੋ ਜਿਹਾ ਕੰਮ ਕਰਵਾਉਣਾ। ਐਕਟਰ ਆਪਣੇ ਹਿਸਾਬ ਨਾਲ ਕੰਮ ਵਧੀਆ ਕਰ ਸਕਦਾ, ਬਟ ਜਿਹੜਾ ਡਾਇਰੈਕਟਰ ਦਾ ਜਿਹੜਾ ਕੰਮ ਹੁੰਦਾ। ਆ ਜਾਂਦੇ ਫਿਰ ਡਾਇਰੈਕਟਰ ਜੀ ਕੋਲ। ਡਾਇਰੈਕਟਰ ਸਾਹਿਬ ਤੁਸੀਂ ਕਿੰਨੇ ਕੁ ਰਵਾਏ ਫਿਰ ਗਾਣਿਆਂ 'ਚ, ਇਹ ਦੱਸੋ। ਰਵਾਉਣ ਦੀ ਗੱਲ ਤਾਂ ਯਾਦ ਆ ਗਿਆ, ਇੱਕ ਜਿਹੜਾ ਗਾਣਾ ਕੀਤਾ ਸੀ ਮੈਂ, ਨਵੀਂ ਪੰਗੂ ਸੀ ਉਹਦੇ ਵਿੱਚ ਗਾਣੇ 'ਚ, ਤੇ ਉਹ ਇੱਕ ਸ਼ਾਟ ਨੂੰ ਨਾ ਮਤਲਬ ਵਾਰ ਵਾਰ ਆਪਾਂ ਕਰ ਰਹੇ ਸੀ। ਮੈਂ ਹੁਣ ਵੁਮਨ ਪਾਵਰ ਦੀ ਗੱਲ ਕੱਟਾਂਗਾ, ਇੱਥੇ ਇਹਨਾਂ ਦਾ ਕਾਲਰ ਦੀ ਕਾਲ ਆ ਰਹੀ ਹੈ ਤੇ ਆਪਾਂ ਉਹਨਾਂ ਦੀ ਕਾਲ ਸੁਣ ਲਈ ਜਾਈਏ। ਬਿਲਕੁਲ ਜੀ, ਕਿਉਂਕਿ ਪਹਿਲਾਂ ਇਹ ਜ਼ਰੂਰੀ ਨੇ ਇਹਨਾਂ ਦੀ ਕਾਲ ਸਿਰ ਮੱਥੇ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਨਾਮ ਕੀ ਹੈ, ਕਿੱਥੋਂ ਗੱਲ ਕਰ ਰਹੇ ਹੋ ਜੀ ਤੁਸੀਂ? ਹਾਂਜੀ ਬਲਜੀਤ ਕੌਰ ਬੋਲ ਰਹੀ ਹਾਂ, ਪਿੰਡ ਕਵਾੜਕਾ, ਜ਼ਿਲ੍ਹਾ ਤਰਨ ਤਾਰਨ ਤੋਂ। ਅੱਛਾ ਜੀ ਬਲਜੀਤ ਜੀ, ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਬਲਜੀਤ ਜੀ, ਟੀਵੀ ਦੀ ਆਵਾਜ਼ ਨੀ ਕੱਟ ਕੀਤੀ ਤੁਸੀਂ? ਹੈਲੋ, ਦੇਖੋ ਫਿਰ ਆਹ ਪੰਗਾ ਹੁੰਦਾ ਭਾਜੀ, ਜਦੋਂ ਟੀਵੀ ਦੀ ਆਵਾਜ਼ ਨੀ ਨਾ ਕੱਟ ਹੁੰਦੀ। ਪਿੱਛੇ ਟੀਵੀ ਦੀ ਆਵਾਜ਼ ਮੈਨੂੰ ਇੱਥੋਂ ਤੱਕ ਆ ਰਹੀ ਹੈ, ਤਰਨ ਤਾਰਨ ਤੋਂ। ਇਮੋਸ਼ਨਸ ਬਹੁਤ ਉਹ ਹੁੰਦੇ ਰੋਣ ਵਾਲੇ, ਡਿਫਿਕਲਟ ਕਿੰਨਾ ਕੁ ਹੁੰਦਾ ਇਹ ਟਾਸਕ, ਕਿਸੇ ਐਕਟਰ ਨੂੰ ਕਹਿਣਾ ਕਿ ਔਨ ਸੈਟ ਬਿਲਕੁਲ ਰੋਣਾ? ਨਹੀਂ, ਮੈਂ ਰੋਣ ਦੀ ਗੱਲ ਐਕਟਿੰਗ ਦੀ ਗੱਲ ਬਾਅਦ 'ਚ ਕਰੂੰਗੀ। ਜਦੋਂ ਅਸੀਂ ਕਿਸੇ ਆਰਟਿਸਟ ਤੋਂ ਕੰਮ ਕਰਵਾਉਂਦੇ ਹਾਂ, ਜਦੋਂ ਕਿਸੇ ਆਰਟਿਸਟ ਤੋਂ ਜਦੋਂ ਕੰਮ, ਪਹਿਲਾਂ ਤਾਂ ਇੱਕ ਟੇਕ ਜਦੋਂ ਆਪਾਂ ਨੂੰ ਵਾਰ ਵਾਰ ਕਲੀਅਰ ਨਹੀਂ ਮਿਲਦਾ, ਸਾਨੂੰ ਵਾਰ ਵਾਰ ਰੀਟੇਕਸ ਕਰਨੇ ਪੈਂਦੇ ਆ। ਕਈ ਵਾਰ ਇੱਕ ਜਿਹੜੀ ਵੂਮੈਨ ਪਾਵਰ, ਲਾਈਕ ਨੋ ਡਾਊਟ ਡਾਇਰੈਕਟਰ ਦਾ ਕੰਮ ਤਾਂ ਬਹੁਤ ਟਫ ਜੋਬ ਹੈ। ਵੈਸੇ ਫਿਲਮ ਦੇ ਵਿੱਚ ਆਪਾਂ ਕਿਸੇ ਬੰਦੇ ਨੂੰ ਵੀ ਐਕਟਰ ਕਹਿ ਦਿੰਦੇ ਹਾਂ ਕਿ ਵੀ ਹੀ ਇਜ਼ ਦਾ ਐਕਟਰ, ਹੀ ਇਜ਼ ਦਾ ਐਮੀ ਵਿਰਕ ਇਜ਼ ਦਾ ਹੀਰੋ ਆਫ ਦਾ ਮੂਵੀ, ਰਾਈਟ? ਲੇਕਿਨ ਇੱਕ ਡਾਇਰੈਕਟਰ ਹੀ ਆਪਣੀ ਫਿਲਮ ਦਾ ਮੇਨ ਹੀਰੋ ਹੁੰਦਾ, ਰਾਈਟ? ਓਵੇਂ ਅਗਰ ਆਪਾਂ ਸੌਂਗਸ ਨੂੰ ਵੀ ਲੈ ਲਿਓ, ਜਦੋਂ ਆਪਾਂ ਆਰਟਿਸਟ ਤੋਂ ਵਾਰ ਵਾਰ ਕੰਮ ਕਰਵਾਉਣਾ, ਮੀਨ ਰੀਟੇਕਸ ਦੇ ਕੇ ਕੰਮ ਕਰਵਾਉਣਾ, ਤਾਂ ਕਈ ਵਾਰ ਇੰਨਾ ਗੁੱਸਾ ਆਉਂਦਾ ਨਾ, ਇੰਨਾ ਗੁੱਸਾ ਆਉਂਦਾ, ਮੇਰੇ ਹੱਥ 'ਚ ਕਈ ਵਾਰ ਮਾਈਕ ਹੁੰਦਾ, ਮਾਈਕ ਵੀ ਚੁੱਕੇ ਥੱਲੇ ਵੱਜਦਾ ਕਿ ਸ਼ਾਰਟ ਕਿਉਂ ਨਹੀਂ ਕਲੀਅਰ ਹੋ ਰਿਹਾ, ਤਾਂ ਆਰਟਿਸਟ ਵੈਸੇ ਰੋਣ ਲੱਗ ਜਾਂਦਾ। ਪਹਿਲਾਂ ਤਾਂ ਮੈਂ ਇਸ ਰੋਣ ਦੀ ਗੱਲ ਕਰਦੀ ਹਾਂ। ਦੂਸਰਾ, ਜਦੋਂ ਗਾਣਾ ਸੈਡ ਸੌਂਗ ਹੋਵੇ, ਆਰਟਿਸਟ ਨੂੰ ਰਵਾਉਣਾ ਹੋਵੇ, ਪਹਿਲਾਂ ਆਰਟਿਸਟ ਨੂੰ ਹੀ ਇਹ ਗੱਲ ਸਮਝਣੀ ਪੈਂਦੀ ਆ ਕਿ ਅਸੀਂ ਇਸ ਕੈਰੈਕਟਰ ਦੇ ਵਿੱਚ ਆ ਕੇ ਹੀ ਇਹ ਆਪਣਾ ਟੈਲੈਂਟ ਦਿਖਾ ਸਕਦੇ ਹਾਂ। ਉਹਦੇ ਵਾਸਤੇ ਇੱਕ ਆਰਟਿਸਟ ਨੂੰ ਆਪਣੇ ਆਪ ਨੂੰ ਰੈਡੀ ਕਰਨਾ ਪੈਂਦਾ, ਤਦ ਹੀ ਉਸ ਫੀਲਿੰਗ ਤੱਕ ਪਹੁੰਚਦਾ। ਇਹਦੇ ਨਾਲ ਦੇ ਕੁਛ ਆਪਾਂ ਇਹਨਾਂ ਤੋਂ ਕਲੂ ਵੀ ਜਾਣਾ ਕਿ ਜਿਹੜੇ ਕੁਛ ਆਪਣੇ ਆਰਟਿਸਟ ਬਣਨ ਦੇ ਇੱਛੁਕ ਹੈਗੇ ਆ, ਬਹੁਤ ਨਿਊ ਕਮਰਸ ਹੈਗੇ ਆ ਇੱਦਾਂ ਦੇ, ਜਿਨ੍ਹਾਂ ਨੂੰ ਛੋਟੀ ਛੋਟੀ ਟੈਕਨੀਕਸ ਪਤਾ ਹੋਣੀਆਂ ਚਾਹੀਦੀਆਂ ਨੇ, ਸੋ ਇਹ ਟੈਕਨੀਕ ਐਕਸਰਸਾਈਜ਼ ਵੀ ਜਿਨ੍ਹਾਂ ਨੂੰ ਕਹਿ ਦਿੰਦੇ ਆ, ਇਹ ਜ਼ਰੂਰੀ ਨੇ। ਭਾਜੀ ਤੋਂ ਵੀ ਪੁੱਛਾਂਗੇ, ਪਰ ਫਿਲਹਾਲ ਆਰਨਾਟ ਦਾ ਜਿਹੜਾ ਗਾਣਾ ਆ ਉਹ ਸੁਣਾ ਦਈਏ ਜੀ। ਬਲਜੀਤ ਜੀ ਨੂੰ ਤਰਨ ਤਾਰਨ ਤੋਂ ਤਰਨ ਤਾਰਨ ਤੋਂ ਕਾਲ ਕੀਤਾ ਹੈ। ਆ ਜਾਓ ਜੀ, ਗਾਣਾ ਇੰਜੋਏ ਕਰ। ਹਾਂਜੀ, ਅਤੇ ਆਪਾਂ ਗੱਲ ਕੀਤੀ ਆ ਐਕਸਰਸਾਈਜ਼ ਬਾਰੇ ਕਿ ਜਿਹੜੇ ਨਿਊ ਕਮਰਸ ਆ, ਜਿਹੜੇ ਕਿ ਕਲਾਕਾਰੀ 'ਚ ਜਾਣਾ ਚਾਹੁੰਦੇ ਆ ਜਾਂ ਜਿਹੜੇ ਕਿ ਕਲਾਸਿਸ ਵੀ ਲਗਾਉਂਦੇ ਆ, ਭਾਅ ਜੀ ਪਹਿਲਾਂ ਤਾਂ ਇਹ ਦੱਸੋ ਕਿ ਇਹਦੇ ਲਈ ਕੋਈ ਸਪੈਸ਼ਲ ਇੱਦਾਂ ਦੀ ਚੀਜ਼ ਹੁੰਦੀ ਹੈ ਜਿਨ੍ਹਾਂ ਨੇ ਇਸ ਚੀਜ਼ਾਂ ਦੇ ਐਕਸਰਸਾਈਜ਼ ਕਰਨੀਆਂ ਹੋਣ? ਦੇਖੋ, ਪਹਿਲੀ ਗੱਲ ਤਾਂ ਜੇ ਕਿਸੇ ਨੇ ਐਕਟਿੰਗ ਕਲਾਸਿਸ ਲਾਉਣੀ ਹੈ ਤਾਂ ਸਭ ਤੋਂ ਪਹਿਲੀ ਗੱਲ ਥੀਏਟਰ, ਥੀਏਟਰ ਜੀ, ਰਾਈਟ, ਮੇਨ ਥੀਏਟਰ, ਕਿਉਂਕਿ ਤੁਹਾਨੂੰ ਉਹ ਤੁਹਾਡਾ ਬੋਡੀ ਸਟਰਕਚਰ, ਖੜ੍ਹੇ ਹੋਣ ਦਾ, ਤੁਰਨ ਦਾ, ਬੋਲਣ, ਤੁਹਾਡੇ ਡਾਇਲੈਕਟ ਡਿਲੀਵਰੀ ਤੋਂ ਪਤਾ, ਉਹ ਸਭ ਕੁਛ ਉਹ ਜ਼ੀਰੋ ਤੋਂ ਸਿਖਾਉਂਦੇ ਆ। ਬਿਲਕੁਲ, ਆਫਟਰ ਦੇਖੋ ਉਹ ਤੁਹਾਨੂੰ ਸਿਖਾ ਸਕਦੇ ਆ, ਸਾਡੇ ਅੰਦਰ ਐਕਟਰ ਨਹੀਂ ਪੈਦਾ ਕਰ ਸਕਦੇ। ਬਿਲਕੁਲ ਜੀ, ਉਹ ਤੁਸੀਂ ਆਪ ਐਕਸਰਸਾਈਜ਼ਸ ਦੀ ਵੀ ਗੱਲ ਕਰੀਏ ਤਾਂ, ਤੁਸੀਂ ਅਗਰ ਇਹ ਕਹੋ ਕਿ ਵੀ ਇੱਕ ਫਰੈਸ਼ਰ ਬੰਦਾ ਆਪਣੇ ਸਾਹਮਣੇ ਖੜਾ ਤਾਂ ਐਕਟਿੰਗ ਕਰ ਲੂਗਾ, ਸਿੱਖ ਕੇ ਵੀ ਨਹੀਂ, ਉਹਦੇ ਵਾਸਤੇ ਵੀ ਪਹਿਲਾਂ ਫੇਸ ਦੀਆਂ ਐਕਸਰਸਾਈਜ਼ਸ ਵੀ ਹੁੰਦੀਆਂ, ਮਤਲਬ ਯੂ ਨੋ, ਮਤਲਬ ਆਪਾਂ ਆਈ ਨਹੀਂ ਹੈ ਕਿ ਵੀ ਮਤਲਬ ਬਾਡੀ ਲਈ ਐਕਸਰਸਾਈਜ਼, ਫੇਸ ਦੀਆਂ ਐਕਸਰਸਾਈਜ਼ ਵੀ ਇੱਕ ਆਰਟਿਸਟ ਨੂੰ ਸਿਖਾਉਣ ਵਾਸਤੇ, ਕੈਮਰੇ ਨੇ ਐਕਸਪ੍ਰੈਸ਼ਨਸ ਮੰਗਦੇ, ਰਾਈਟ, ਬਟ ਇਫ ਦਾ ਫੇਸ ਉਹ ਲੁੱਕ ਦੇ, ਉਹ ਲੁੱਕ ਤੁਹਾਨੂੰ ਐਕਸਰਸਾਈਜ਼ ਨਾਲ ਨਹੀਂ ਮਿਲਦੀ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਹਾਂ ਕੋਈ ਕੋਰਸ ਕਰ ਲਿਆ, ਕਲਾਸਿਸ ਲੈ ਲਈਆਂ ਤਾਂ ਤੁਸੀਂ ਕਹਿ ਦੋ ਮੈਂ ਐਕਟਰ ਬਣ ਗਿਆ, ਇਦਾਂ ਦਾ ਕੁਝ ਨਹੀਂ ਹੈਗਾ। ਐਕਟਰ ਬਣਨ ਲਈ ਤੁਹਾਨੂੰ ਆਪਣੇ ਅੰਦਰ ਦੇ ਐਕਟਰ ਨੂੰ ਜਗਾਉਣਾ ਪਏਗਾ, ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ। ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ, ਇੱਕ ਬੜੀ ਵਧੀਆ ਇੱਕ ਥੀਏਟਰ 'ਚ ਗੱਲ ਇਹ ਸੀ ਕਿ ਮਾਂ ਤੋਂ ਵੱਡਾ ਐਕਟਰ ਕੋਈ ਨਹੀਂ ਹੋ ਸਕਦਾ, ਕੋਈ ਨਹੀਂ ਹੋ ਸਕਦਾ। ਮਾਂ ਪੂਰੇ ਦਿਨ 'ਚ ਆਪਣੇ ਬੱਚੇ ਨੂੰ ਰੋਟੀ ਖਵਾਉਣ ਤੋਂ ਲੱਗੇ ਸਵਾਉਣ ਤੱਕ, ਖੇਡਣ ਨੂੰ ਭੇਜਣਾ ਜਾਂ ਉਹਨੂੰ ਪੜ੍ਹਾਉਣ ਤੱਕ, ਕਿੰਨੇ ਜ਼ਿਆਦਾ ਐਕਟ ਕਰਦੀ ਐਕਟ ਕਰਦੀ ਹੈ, ਰਾਈਟ, ਔਰ ਕਿੰਨੇ ਜ਼ਿਆਦਾ ਇਮੋਸ਼ਨਸ ਹੁੰਦੇ ਜਿਹਨੇ ਉਹਨੂੰ ਕੰਟਰੋਲ 'ਚ ਵੀ ਰੱਖਦੀ ਹੈ। ਉਹ ਬੱਚੇ ਸਾਹਮਣੇ ਰੋਂਦੀ ਵੀ ਹੈ,
ਉਹਨੂੰ ਪੜਾਉਣ ਲਈ ਰੋਟੀ ਖਵਾਉਣ ਲਈ ਗੁੱਸਾ ਵੀ ਕਰਦੀ ਹੈ ਪਿਆਰ ਵੀ ਕਰਦੀ ਹੈ ਝਿੜਕਦੀ ਹੈ ਜੋਕਰ ਬਣਦੀ ਹੈ ਉਹਨੂੰ ਅਲੱਗ ਅਲੱਗ ਨਾਵਾਂ ਤੋਂ ਵੀ ਬੁਲਾਉਂਦੀ ਹੈ ਕੀ ਤਰ੍ਹਾਂ ਦੇ ਕਿਰਦਾਰ ਇੱਕ ਮਾਂ ਨਿਭਾਉਂਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੀ ਗੱਲ ਕਹੀ ਸਿਮਰ ਰੀਅਲੀ ਆਮ ਐਪਰੀਸ਼ੀਏਟਿੰਗ ਸੋ ਇਹੀ ਹੈ ਜੀ ਕਲਾਕਾਰੀ ਕੀ ਕਲਾਕਾਰੀ ਤੁਹਾਨੂੰ ਇੱਕ ਅੰਦਰ ਤੋਂ ਇਨਸਾਨ ਵੀ ਕਿਤੇ ਨਾ ਕਿਤੇ ਬਣਾ ਦਿੰਦੀ ਹੈ ਤੁਹਾਨੂੰ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਸੋਚ ਹੈ ਉਹ ਦੇ ਦਿੰਦੀ ਹੈ ਕਾਲਰ ਰੈਡੀ ਨੇ ਗੱਲ ਕਰ ਲਈ ਬਿਲਕੁਲ ਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ जिस नाम दसा ना बहुत फील लैके दसा ਯਾਰ ਤੇਰਾ ਮਾਨ ਕਦੀ ਕਲੀ ਵਰਗਾ ਆਹ ਕੀ ਬਾਤ ਹਾਂਜੀ ਇਹ ਯਾਦ ਆਉਂਦੀ ਹੈ ਕਿਸੇ ਦੀ ਲੱਗਦਾ ਮੈਨੂੰ ਹਾਂਜੀ ਨਹੀਂ ਨਹੀਂ ਯਾਦ ਇਹਨਾਂ ਦੀ ਲੱਗੇ ਬੈਠੇ ਜੀ ਉਹ ਤਾਂ ਕੀ ਬਾਤ ਹੈ ਊਮਨ ਪਾਵਰ ਇਹ ਹੁੰਦੀ ਹੈ ਊਮਨ ਪਾਵਰ ਨਾਲ ਹੀ ਬੈਠੀ ਨਾਲ ਹੀ ਬੈਠੀ ਹੈ ਸੋ ਇਹ ਸਾਨੂੰ ਦੇਖੋ ਜੀ ਇਸ਼ਾਰਾ ਹੀ ਆ ਗਿਆ ਤੇ ਅਸੀਂ ਸਮਝ ਗਏ ਨਾਲ ਬੈਠੇ ਤਾਂ ਇਹ ਬੋਲਤੀ ਬੰਦ ਹੈ ਗਾਣਾ ਵੀ ਨਹੀਂ ਗਾ ਪਾ ਰਹੇ ਮੈਂ ਬੋਲਦੀ ਵਾਲੀ ਕੋਈ ਗੱਲ ਨਹੀਂ ਜੀ 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 ਤੁਸੀਂ ਗੱਲ ਕਰੋ ਪਹਿਲਾਂ ਸਿਮਰ ਜੀ ਨਾਲ ਔਰ ਪੂਨਮ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰਮਾਇਸ਼ ਕੀਤੀ ਹੈ ਸਿੰਗਰ ਦੀ ਉਹਨਾਂ ਦਾ ਜ਼ਰੂਰ ਸੁਣਾਵਾਂਗੇ ਕਿਉਂਕਿ ਆਪਾਂ ਉਹਦਾ ਕਾਰਨ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਸੋ ਇਸ ਵਾਰ ਫਿਰ ਦੱਸ ਦਾਂਗੇ ਚਲੋ ਕੋਈ ਗੱਲ ਨਹੀਂ ਪਰ ਫਿਲਹਾਲ ਗਾਣਾ ਇੰਜੋਏ ਕਰਦੇ ਹਾਂ ਸਿਮਰ ਭਾਜੀ ਇੱਕ ਹੁੰਦਾ ਬੰਦ ਆਪਾਂ ਤੁਸੀਂ ਗੱਲ ਕੀਤੀ ਕਿ ਲਾਈਫ ਦੇ ਵਿੱਚ ਕਿਰਦਾਰ ਸਭ ਤੋਂ ਵੱਡਾ ਹੈ ਨਾ ਸਭ ਤੋਂ ਵੱਡੀ ਐਕਟਰ ਮਾਂ ਹੁੰਦੀ ਹੈ ਜਿਸ ਤੋਂ ਬੱਚਾ ਵੀ ਬਹੁਤ ਕੁਝ ਸਿੱਖਦਾ ਹੈ ਨਾ ਆਪਾਂ ਸਾਰੇ ਬਹੁਤ ਕੁਝ ਸਿੱਖਦੇ ਹਾਂ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਆਪਦੀ ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਕਿਹਨਾਂ ਨੂੰ ਅਡੋਪਟ ਕੀਤਾ ਹੈ ਕਿਹਨਾਂ ਦੇ ਕਿਰਦਾਰ ਨੂੰ ਅਡੋਪਟ ਕੀਤਾ ਹੈ ਮੈਂ ਹਾਲੇ ਤੱਕ ਫਿਲਹਾਲ ਕਿਸੇ ਨੂੰ ਅਡੋਪਟ ਨਹੀਂ ਕੀਤਾ ਕਿਸੇ ਨੂੰ ਨਹੀਂ ਕੀਤਾ ਕਿਸੇ ਨੂੰ ਨਹੀਂ ਕੀਤਾ ਕਿਉਂਕਿ ਮੈਂ ਇੱਕ ਆਪਣੇ ਵੱਲੋਂ ਆਪ ਹੀ ਨੈਚੁਰਲ ਐਕਟਿੰਗ ਕਰ ਰਿਹਾ ਕੋਸ਼ਿਸ਼ ਕਰਦਾ ਕਿ ਹਾਂ ਮੈਨੂੰ ਵਧੀਆ ਲੱਗਦਾ ਕਿ ਜਦੋਂ ਮੈਂ ਕਿਸੇ ਐਕਟਰ ਨੂੰ ਅੱਗੇ ਦੇਖਦਾ ਐਕਟਿੰਗ ਕਰਦੇ ਮੇਰੇ ਸਾਹਮਣੇ ਸੀਨੀਅਰ ਐਕਟਰ ਜਿਵੇਂ ਬਾਈ ਐਮੀ ਬਾਈ ਹੈ ਗਿੱਪੀ ਬਾਈ ਨੇ ਦੇਵ ਖਰੋੜ ਹੈ ਬੀਰੂ ਢਿੱਲੋਂ ਬਾਈ ਨੇ ਕਰਨਜੀਤ ਅਨਮੋਲ ਨੇ ਇਹਨਾਂ ਨੂੰ ਦੇਖ ਕੇ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਕਿ ਹਾਂ ਮੈਂ ਇਹੋ ਜਿਹਾ ਕੰਮ ਮੈਂ ਕਰ ਸਕਦਾ ਅਤੇ ਕਿਉਂਕਿ ਹੁਣ ਮੈਂ ਲੇਟੈਸਟ ਹੁਣੇ ਫਿਲਮ ਆਈ ਹੈ ਜੀ ਜਿਵੇਂ ਆਪਣੇ ਫਿਲਮ ਹੈ ਐਨੀ ਹਾਓ ਮਿੱਟੀ ਪਾਓ ਕਰਨਜੀਤ ਅਨਮੋਲ ਦੀ ਹੀ ਪਲੇਇੰਗ ਆ ਸਿਕਸ ਗੈਟਅਪ ਉਹਨਾਂ ਨੇ ਲਏ ਹੈ ਅਤੇ ਇਹਨਾਂ ਜਿਹਨਾਂ 'ਚ ਉਹਨਾਂ ਤਿੰਨ ਤਾਂ ਚਾਰ ਤਾਂ ਕਿਰਦਾਰ ਨਿਭਾਏ ਆ ਉਹਦੇ ਵਿੱਚ ਉਹਨਾਂ ਦੇਖ ਕੇ ਇਨਸਪੀਰੇਸ਼ਨ ਮਿਲਦੀ ਕਿ ਯਾਰ ਕੱਲ੍ਹ ਨੂੰ ਅਸੀਂ ਕੋਈ ਕੰਮ ਕਰੀਏ ਤਾਂ ਇਹੋ ਜਿਹਾ ਕੰਮ ਕਰੀਏ ਬਿਲਕੁਲ ਬਿਲਕੁਲ ਇੱਕ ਮਾਈਲ ਇੱਕ ਤੁਹਾਨੂੰ ਟਰੈਕ ਮਿਲਦਾ ਉੱਥੇ ਕੰਮ ਕਰਨ ਦਾ ਵਧੀਆ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਹੈ ਯਾਰ ਜੋਸ਼ ਮਿਲਦਾ ਕਿ ਹਾਂ ਜੋਸ਼ ਮਿਲਿਆ ਯਾਰ ਕਰੀਏ ਯਾਰ ਵਧੀਆ ਕਰੀਏ ਹਰ ਚੀਜ਼ ਹਰ ਫੀਲਡ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਨਵਾਂ ਆਪਾਂ ਨੂੰ ਹਰ ਪੈਰ 'ਤੇ ਸਿੱਖਣ ਨੂੰ ਮਿਲਦਾ ਹੀ ਮਿਲਦਾ ਬਿਲਕੁਲ ਬਿਲਕੁਲ ਤੁਹਾਡੇ ਲਈ ਸਭ ਤੋਂ ਜ਼ਿਆਦਾ ਚੈਲੇਂਜਿੰਗ ਕਰੈਕਟਰ ਕਿਹੜਾ ਰਿਹਾ ਹੁਣ ਤੱਕ ਜਿੰਨੇ ਵੀ ਕਰੈਕਟਰ ਕੀਤੇ ਜਾਂ ਹੁਣ ਤੱਕ ਲੱਗਦਾ ਕਿ ਆਹ ਕਰੈਕਟਰ ਨਾ ਮੇਰੇ ਲਈ ਹਾਲੇ ਤੱਕ ਚੈਲੇਂਜਿੰਗ ਆ ਜਦੋਂ ਤੱਕ ਇਹਨੂੰ ਨਹੀਂ ਕਰ ਲੈਂਦਾ ਨਾ ਮੈਂ ਆਪਣੇ ਆਪ ਨੂੰ ਇਹ ਨਹੀਂ ਮੰਨਦਾ ਕਿ ਮੈਂ ਇੱਕ ਸਕਸੈਸ ਐਕਟਰ ਹੈਗਾ ਮੈਂ ਮੂਵੀਜ਼ ਕਰ ਰਿਹਾ ਮੈਂ ਇੱਕ ਸ਼ਾਰਟ ਮੂਵੀ ਕੀਤੀ ਸੀ ਪੀ ਟੀ ਸੀ ਲਈ ਫਗਵਾੜਾ ਬਾਈਪਾਸ ਅੱਛਾ ਜੀ ਮੈਂ ਉਹੋ ਜਿਹਾ ਕਿਰਦਾਰ ਇੱਕ ਫਿਲਮ ਦੇ ਵਿੱਚ ਜਿਹੜੀ ਵੱਡੀ ਫਿਲਮ ਆਪਣੀ ਫਿਲਮ ਜਿਹੜੀ ਮੂਵੀਜ਼ ਪਾਉਂਦੀ ਹੈ ਫੀਚਰ ਫਿਲਮ ਉਹਦੇ ਵਿੱਚ ਕਰਨਾ ਚਾਹੁੰਦਾ ਟੋਟਲੀ ਨੈਗੇਟਿਵ ਸ਼ੇਡ ਗ੍ਰੇ ਸ਼ੇਡ ਟੋਟਲੀ ਨੈਗੇਟਿਵ ਉਸ 'ਚ ਮੈਂ ਪੂਰਾ ਨੈਗੇਟਿਵ ਹਾਂ ਸੀਰੀਅਲ ਕਿਲਰ ਦਿਖਾਇਆ ਪਾਗਲਪਨ ਹੈ ਮੇਰੇ 'ਚ ਮੈਂ ਬੰਦਾ ਮੇਰੇ ਮਾਰ ਦਿੰਦਾ ਉਹੋ ਜਿਹਾ ਕਿਰਦਾਰ ਗ੍ਰੇ ਸ਼ੇਡ ਟੋਟਲੀ ਗ੍ਰੇ ਸ਼ੇਡ ਹੋਵੇ ਕਿ ਜਿੱਥੇ ਤੁਹਾਨੂੰ ਖੇਡਣ ਦਾ ਮੌਕਾ ਮਿਲੇ ਕਿ ਹਾਂਜੀ ਤੁਸੀਂ ਤੁਰਨਾ ਤਾਂ ਆਪਣੇ ਸਟਾਈਲ ਨਾਲ ਤੁਰਨਾ ਤੁਸੀਂ ਬੋਲਣਾ ਆਪਣੇ ਸਟਾਈਲ ਨਾਲ ਬੋਲਣਾ ਤੁਸੀਂ ਬੰਦੇ ਨੂੰ ਫੜਨਾ ਉਹਨਾਂ ਘਸਾਉਣ ਵੀ ਮਾਰਨਾ ਤਾਂ ਆਪਣੇ ਸਟਾਈਲ ਨਾਲ ਮਾਰਨਾ ਕਿਉਂਕਿ ਇੱਕ ਮੈਂ ਇਸ ਚੀਜ਼ ਸੋਚਦਾ ਕਿ ਪੋਜ਼ੀਟਿਵ ਕੈਰੈਕਟਰ ਹੁੰਦਾ ਜਿਹੜਾ ਫਿਲਮ ਦੇ ਵਿੱਚ ਪੂਨਮ ਜੀ ਡਾਇਰੈਕਟਰ ਨੇ ਇਹ ਮੇਰੇ ਸਭ ਤੋਂ ਸਹਿਮਤ ਹੋਣਗੇ ਜਦੋਂ ਕੋਈ ਹੀਰੋ ਜਾਂ ਦਾ ਪਿਓ ਜਾਂ ਭੈ ਜਿਹੜੇ ਪੋਜ਼ੀਟਿਵ ਐਕਟਰ ਹੁੰਦੇ ਸਾਰੇ ਉਹਨਾਂ ਇੱਕ ਦਾਇਰਾ ਹੁੰਦਾ ਖੇਡਣ ਦਾ ਸਿਰਫ ਉੱਨੀ ਕੁ ਲਿਮਿਟ ਉਹਨਾਂ ਲਿਮਿਟ 'ਚ ਖੇਡਣਾ ਉਹਨਾਂ ਹੱਸਣਾ ਵੀ ਉਸ ਸਟਾਈਲ ਨਾਲ ਹੈ ਪਰ ਜਦੋਂ ਇੱਕ ਨੈਗੇਟਿਵ ਐਕਟਰ ਆਉਂਦਾ ਫਿਲਮ ਦਾ ਵਿਲਨ ਆਉਂਦਾ ਜਦੋਂ ਉਹ ਫਿਰ ਐ ਖੁੱਲ੍ਹ ਕੇ ਆਉਂਦਾ ਉਹਨੂੰ ਦਾਇਰਾ ਹੁੰਦਾ ਖੁੱਲ੍ਹਾ ਮੈਦਾਨ ਆ ਜੀ ਜਿਵੇਂ ਆਪਾਂ ਘੋੜਾ ਛੱਡਦੇ ਮੈਦਾਨ 'ਚ ਭੱਜਣ ਨੂੰ ਉਹ ਭੱਜੀ ਜਾਂਦਾ ਨੈਗੇਟਿਵ ਕਰੈਕਟਰ ਉਹ ਹੁੰਦਾ ਬੋਲਣ ਦਾ ਸਟਾਈਲ ਤੁਰਨ ਦਾ ਸਟਾਈਲ ਟੈਲੈਂਟ ਡਿਲੀਵਰੀ ਦਾ ਸਟਾਈਲ ਇੱਕ ਤਰ੍ਹਾਂ ਬੈਠਣ ਦਾ ਉੱਠਣ ਦਾ ਘਸੁੰਨ ਮਾਰਨ ਦਾ ਉਹ ਇੱਕ ਅਲੱਗ ਮਜ਼ਾ ਆਉਂਦਾ ਖੇਡਣ ਇੱਕ ਆਰਟਿਸਟ ਉਸ ਕਰੈਕਟਰ ਦੇ ਵਿੱਚ ਤਦ ਸਫਲ ਹੋ ਸਕਦਾ ਜਦੋਂ ਤੱਕ ਉਹ ਕਰੈਕਟਰ ਨੂੰ ਆਪਣੇ ਅਪਣਾ ਨਹੀਂ ਲੈਂਦਾ
ਤੇ ਭਾਜੀ ਪਹਿਲਾਂ ਕਿਤੇ ਇਹ ਵੀ ਸੋਚ ਹੁੰਦੀ ਸੀ ਕੈਰੈਕਟਰ ਦੀ ਕਿ ਯਾਰ ਜੇ ਮੈਂ ਨੈਗੇਟਿਵ ਕੈਰੈਕਟਰ ਕਰੂੰਗਾ ਤਾਂ ਲੋਕ ਮੈਨੂੰ ਉਸ ਨਜ਼ਰੀਏ ਨਾਲ ਦੇਖਣ ਲੱਗ ਜਾਣਗੇ ਕਿ ਨੈਗੇਟਿਵ ਕੈਰੈਕਟਰ ਨੂੰ ਉਸ ਤਰੀਕੇ ਨਾਲ ਨਹੀਂ ਪੁੱਛਿਆ ਜਾਂਦਾ। ਚਲੋ ਹੁਣ ਦੇ ਦੌਰ ਦੀ ਗੱਲ ਨਹੀਂ ਕਰ ਰਿਹਾ, ਹੁਣ ਤਾਂ ਹਰ ਇੱਕ ਆਰਟਿਸਟ ਨੂੰ ਸੇਮ ਦਰਜਾ ਮਿਲਿਆ ਹੋਇਆ, ਹਰ ਇੱਕ ਆਰਟਿਸਟ ਨੂੰ ਸੇਮ ਰਿਸਪੈਕਟ ਮਿਲਦੀ ਹੈ ਕਿਉਂਕਿ ਲੋਕਾਂ ਨੂੰ ਇਹ ਚੀਜ਼ ਬਾਰੇ ਪਤਾ ਹੈ ਕਿ ਹਾਂ ਦੇ ਆਰ ਜਸਟ ਪਰਫਾਰਮਿੰਗ ਦੇਅਰ ਕੈਰੈਕਟਰ। ਬਿਲਕੁਲ ਰਾਈਟ, ਕਿ ਉਹ ਸਿਰਫ ਆਪਣੇ ਕਿਰਦਾਰ ਨਿਭਾ ਰਹੇ ਨੇ ਕਿ ਉਹ ਸਿਰਫ ਉਹ ਤਾਂ ਕਰਕੇ ਇਦਾਂ ਦੇ ਹੈਗੇ, ਬਟ ਰੀਅਲ ਲਾਈਫ 'ਚ ਉਹ ਇਦਾਂ ਦੇ ਨਹੀਂ ਹੈ। ਕਹਿੰਦੇ ਆਪਾਂ ਨੈਗੇਟਿਵ ਕੈਰੈਕਟਰ ਤੁਸੀਂ ਹੁਣੇ ਗੱਲ ਕੀਤੀ ਹੈ, ਨੈਗੇਟਿਵ ਕੈਰੈਕਟਰ ਦੇ ਵਿੱਚ ਜ਼ਿਆਦਾ ਟੈਲੈਂਟ ਹੈ, ਜ਼ਿਆਦਾ ਆਪਾਂ ਆਪਣੀ ਕਲਾ ਦਿਖਾ ਸਕਦੇ। ਬਿਲਕੁਲ, ਅੱਜ ਜਿਵੇਂ ਦੱਸ ਰਹੇ ਸਿਮਰ ਜੀ, ਹਾਂ ਜੀ, ਹੀਰੋ ਹੀਰੋਇਨ ਉਹ ਆਪਣੀ ਉਹ ਇੱਕ ਹੀ ਲਾਈਫ, ਮਤਲਬ ਇੱਕੋ ਤਰੀਕਾ ਹੁੰਦਾ ਇਹਨਾਂ ਦਾ, ਜੋ ਇਹ ਰੋਮਾਂਸ ਹੋ ਗਿਆ ਐਕਸਪ੍ਰੈਸ਼ਨ ਹੋ, ਲੇਕਿਨ ਜਿਹੜਾ ਨੈਗੇਟਿਵ ਕੈਰੈਕਟਰ ਦੇ ਵਿੱਚ ਆਉਂਦਾ ਇਨਸਾਨ ਉਹ ਆਪਣਾ ਟੈਲੈਂਟ ਜ਼ਿਆਦਾ ਦਿਖਾ ਪਾਉਂਦਾ ਆਡੀਅੰਸ। ਤੇ ਭਾਜੀ ਵਿਆਹ ਤੋਂ ਬਾਅਦ ਗੁੰਡਾ ਬਣਨ ਦੇ ਧਿਆਨ ਬਣਿਆ ਕਿ ਵਿਆਹ ਤੋਂ ਪਹਿਲਾਂ ਹੀ? ਸਿਮਰ ਤਾਂ ਹੀਰੋ ਵੀ ਬਣ ਚੁੱਕਾ, ਸਿਮਰ ਤਾਂ ਵਿਲਨ ਵੀ ਬਣ ਚੁੱਕਾ, ਮਾਡਲ ਵੀ ਗਾਣੇ 'ਚ ਬਣ ਚੁੱਕਾ, ਠੀਕ ਹੈ, ਉਹੀ ਤਾਂ ਸਿਮਰ ਨੇ ਤਾਂ ਮਤਲਬ ਮੈਚੁਰ ਕੈਰੈਕਟਰਸ ਵੀ ਕੀਤੇ, ਆਲ ਇਨ ਵਨ ਪਰਸਨੈਲਿਟੀ ਹੀ ਇਜ਼ ਐਕਚੁਅਲੀ। ਚਲੋ ਹੋਣਾ ਵੀ ਚਾਹੀਦਾ ਹੈ, ਕਹਿੰਦੇ ਕਿ ਬੰਦੇ ਨੂੰ ਕੁਛ ਵੀ ਹੈ ਪਰ ਸਭ ਤੋਂ ਪਹਿਲਾਂ ਇੱਕ ਅੱਛਾ ਇਨਸਾਨ ਹੋਣਾ ਚਾਹੀਦਾ, ਤਾਂ ਹੀ ਤੁਸੀਂ ਲਾਈਫ ਦੀ ਜਿਹੜੀ ਕਿ ਅਸਲ ਜਿਹੜੀ ਉਹਦੇ ਪਤਾ ਤੁਹਾਨੂੰ ਲੱਗ ਸਕੇਗਾ ਕਿ ਹਾਂ ਅਸਲ ਲਾਈਫ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਔਰ ਅੱਗੇ ਤੁਸੀਂ ਆਪਦੇ ਜੋ ਵੀ ਗੋਲਸ ਆ ਜੋ ਵੀ ਏਮਸ ਆ ਉਹਨਾਂ ਨੂੰ ਅਚੀਵ ਕਰ ਸਕਦੇ ਹੋ। ਰਾਈਟ, ਤੇ ਭਾਜੀ ਥੈਂਕ ਯੂ ਸੋ ਮਚ, ਪ੍ਰੋਗਰਾਮ ਚ ਆਏ, ਬਹੁਤ ਮਜ਼ਾ ਆਇਆ ਗੱਲਾਂ ਕਰਕੇ, ਔਰ ਥੈਂਕ ਯੂ ਸੋ ਮਚ ਪੂਨਮ ਜੀ, ਤੁਹਾਡਾ ਵੀ ਥੈਂਕ ਯੂ ਰਿਦਮ ਜੀ, ਥੈਂਕ ਯੂ, ਥੈਂਕਸ ਚੜ੍ਹਦੀ ਕਲਾ ਟਾਈਮ ਟੀਵੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਜੀ, ਤੇ ਇੰਨਾ ਪਿਆਰ ਮਿਲਿਆ ਰਿਦਮ ਬਾਈ ਨੇ, ਬਹੁਤ ਵਧੀਆ, ਬਹੁਤ ਵਧੀਆ ਇੱਕ ਰਿਸਪੋਂਸ ਦਿੱਤਾ ਕਿ ਮੈਨੂੰ ਸਾਨੂੰ ਸੰਭਾਲਿਆ, ਮੇਰੇ ਲਈ ਫਸਟ ਇੰਟਰਵਿਊ ਹੈ ਜੀ ਇਹੋ ਜੀ, ਇੰਨੀ ਵਧੀਆ ਇੰਟਰਵਿਊ ਮੇਰੀ ਅੱਜ ਤੱਕ ਹੋਈ ਨਹੀਂ ਕਦੀ, ਥੈਂਕਸ ਰਿਦਮ ਵੀਰੇ, ਥੈਂਕ ਯੂ ਚੜ੍ਹਦੀ ਟਾਈਮ ਟੀਵੀ ਦਾ, ਤੁਹਾਡੇ ਵਰਗੇ ਵੀਰਾਂ ਦੇ ਸਪੋਰਟ ਹੈ ਔਰ ਮੈਮ ਤੁਹਾਡੇ ਵਰਗਿਆਂ ਦੀ ਸਪੋਰਟ ਹੈ ਜੀ, ਬਸ ਇੱਦਾਂ ਸਪੋਰਟ ਕਰਦੇ ਰਹੋ ਤੇ ਤੁਸੀਂ ਵੀ ਸਪੋਰਟ ਕਰਦੇ ਰਹੋ ਜਿਵੇਂ ਕਰ ਰਹੇ ਹੋ, ਘਰ ਬੈਠੇ ਪਿਆਰ ਕਰਦੇ ਰਹੋ, ਬਸ ਕਾਲਸ ਕਰਦੇ ਰਹੋ, ਤੇ ਹਾਂ ਪ੍ਰੋਗਰਾਮ ਦੁਬਾਰਾ ਦੇਖਣਾ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਯੂਟਿਊਬ ਤੇ ਜਾ ਕੇ ਦੇਖ ਸਕਦੇ ਹੋ, ਤੇ ਜਿੰਨੇ ਵੀ ਹੋਰ ਪਲੈਟਫਾਰਮ ਆ ਇੰਸਟਾਗ੍ਰਾਮ ਫੇਸਬੁੱਕ ਅਤੇ ਐਕਸ ਟਵਿੱਟਰ ਵਾਲਾ ਜਿਹੜਾ ਐਕਸ ਹੋ ਗਿਆ ਉਹਨੂੰ ਵੀ ਜਾ ਕੇ ਲਾਈਕ ਸ਼ੇਅਰ ਤੇ ਫੋਲੋ ਕਰਨਾ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਥੈਂਕ ਯੂ ਸੋ ਮਚ ਫੋਰ ਕਾਲਿੰਗ, ਤੇ ਮੁਲਾਕਾਤ ਹੋਵੇਗੀ ਅਗਲੇ ਐਪੀਸੋਡ 'ਚ, ਉਦੋਂ ਤੱਕ ਰੱਬ ਰਾਖਾ, ਫਿਲਹਾਲ ਰਿਦਮ, ਸਿਮਰਪਾਲ, ਪੂਨਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।